ਕਿਸੇ ਗੁਰਸਿੱਖ ਨੇ ਤੁਹਾਨੂੰ ਵਾਈਕ ਹਾਂਜੀ ਹਾਂ ਗੁਰੂ ਸਿੱਖ ਹੈ ਜੀ ਉਹਨਾਂ ਦਾ ਨਾਮ ਹੈ ਜੀ ਦਿਲਪ੍ਰੀਤ ਸਿੰਘ ਦਿਲ ਦੇ ਬੜੇ ਚੰਗੇ ਹੈ ਜੀ ਉਹ ਜਿਨ੍ਹਾਂ ਨੇ ਸਾਨੂੰ ਜੀ ਇਹ ਮੋਟਰਸਾਈਕਲ ਮਹਾਰਾਜ ਉਹਨਾਂ ਦੇ ਵਿੱਚ ਬਸਿਆ ਜੀ ਪ੍ਰੰਕ ਕਹਿ ਲੋ ਫਿੱਟ ਕਰਾਏ ਨੇ ਇਹਨਾਂ ਦੇ ਵਿੱਚ ਤੁਸੀਂ ਕੀ ਸਮਾਨ ਤੁਹਾਡਾ ਇਹ ਸਮਾਨ ਹੈ ਜੀ ਇਹਦੇ ਵਿੱਚ ਗੜਬਾ ਜੀ ਬਾਬਾ ਅਤਰ ਸਿੰਘ ਜੀ ਦਾ ਤਾ ਸਰਬ ਲੋਹ ਦੇ ਬਰਤਨ ਹੈ ਜੀ ਅੱਛਾ ਸੰਤ ਬਾਬਾ ਆਦਰ ਸਿੰਘ ਜੀ ਦਾ ਘੜਵਾ ਹਾਂ ਜੀ ਹਾਂ ਐਸੇ ਦੇ دیے ਅੱਛਾ ਇਹ ਤੁਸੀਂ ਬਾਬਾ ਜੀ ਇਹ ਸਾਰਾ ਇਹ ਤੁਸੀਂ ਕੀ ਲਗਾਏ ਨੇ ਜੀ ਇਹ ਇਹ ਦੋਨੇ ਕੀ ਨੇ ਇਹ ਇਹ ਸਪੀਕਰ ਹੈ ਜੀ ਇਹ ਬਾਣੀ ਚਲਦੀ ਰਹਿੰਦੀ ਹੈ ਜੀ ਇਹਦੇ ਵਿੱਚ ਸਾਨੂੰ ਇਹ ਮੋਟਰਸਾਈਕਲ ਦਿੱਲੀ ਦੇ ਸਿੱਖਾਂ ਨੇ ਦਿੱਤਾ ਜੀ ਇਹ ਫਟਫਟ ਅੱਛਾ ਫਿਰ ਕੋਣ ਸਾਬ ਤੋਂ ਫਿਰ ਸਾਨੂੰ ਦਿੱਲੀ ਲੈ ਕੇ ਗਿਆ ਸੀ ਉੱਥੇ ਦਾ ਜੀ ਦਿਲਪ੍ਰੀਤ ਸਿੰਘ ਹੈ ਜੀ ਦਿਲ ਦਾ ਬੜਾ ਚੰਗਾ ਆ ਜੀ ਉਹਨਾਂ ਨੇ ਸਾਨੂੰ ਜੀ ਫਿਰ ਆਪਣਾ ਏਜੰਸੀ ਦੇ ਵਿੱਚ ਸਾਡੇ ਹੱਥ ਦੇ ਵਿੱਚ ਜਿਹੜੀ ਮੋਟਰਸਾਈਕਲ ਦੀ ਸਾਰੀ ਮਾਮਲਾ ਜੀ ਪੈਸੇ ਹੀਰੋth ਵੰਗੋ ਵੱਡੋ ਰਾਮਜੰਗੋ ਕਮੰਦ ਕੋੜਾ ਪੰਜ ਸ਼ਸਤਰ ਪ੍ਰਵਾਣ ਸੁਣੋ ਆਨੰਦ ਲਾਲ ਜੀ ਸਾਜ ਪ੍ਰਗਟ ਕਰੂੰਗਾ ਆਪਣਾ ਰਾ ਚਾਰ ਵਰਨ ਇੱਕ ਵਰਨ ਕਹਾਉ ਵਾਹਿਗੁਰੂ ਸਿੰਘ ਕੋ ਨਾਮ ਜਪਾਂ ਵੀ ਕਰੇ ਆਉਂਦੇ ਵੀ ਸਾਡੀ ਕੌਮ ਵਿਖਰੀ ਪਈ ਐ ਵੀ ਬੜਾ ਦੁੱਖ ਆਉਂਦੇ ਵੀ ਇਕੱਠੀ ਹੋਵੇ ਬੜਾ ਅੰਦਾ ਜੀ ਅਸੀਂ ਕਈ ਵਾਰ ਰੋਂਦੇ ਆਂ ਜੀ ਭਾਈ ਸੱਚ ਦੱਸਦੇ ਆਂ ਕਈ ਵਾਰ ਚੱਲਦੇ ਚੱਲਦੇ ਰੋਂਦੇ ਆਂ ਅਸੀਂ ਕਈ ਵਾਰ ਮਹਾਰਾਜ ਨੂੰ ਕਹਿੰਦੇ ਆਂ ਮਹਾਰਾਜਾ ਐਸਾ ਕੋਈ ਸਿੱਖ ਭੇਜ ਜਿਹਦੇ ਵਿੱਚ ਵੀ ਜਿਹੜਾ ਤੇਰੀ ਸਾਰੀ ਕੌਮ ਨੂੰ ਇਕੱਠੀ ਕਰ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਹੂੰ ਮੈਂ ਸਾਰਾ ਜਬ ਇਹ ਗਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਕਲਗੀ ਤਰਪਾਲਾ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਜਿਆ ਹੋਇਆ ਖਾਲਸਾ ਬੜਾ ਨਿਆਰਾ ਖਾਲਸਾ ਹੈ ਸਿੱਖ ਇੱਕ ਵੱਖਰੀ ਕੌਮ ਹੈ ਕਿਉਂਕਿ ਇਸ ਪੰਥ ਦੀ ਨੀਂਹ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਰੱਖੀ ਹੈ ਔਰ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਆਪਣੀਆਂ ਬਾਰਾਂ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲਾ ਪੰਥ ਚਲਾਇਆ ਉਸ ਉਸ ਨਿਰਮਲੇ ਪੰਥ ਦੇ ਰਾਹੀ ਔਰ ਸਤਗੁਰੂ ਦੀ ਕਿਰਪਾ ਦੇ ਨਾਲ ਬੇਅੰਤ ਸੰਗਤਾਂ ਖਾਲਸੇ ਯੋਧੇ ਔਰ ਜਿਹੜੇ ਇਸ ਰਾਹ ਦੇ ਪਾੰਧੀ ਨੇ ਔਰ ਉਹਨਾਂ ਦੇ ਵਿੱਚ ਇੱਕ ਐਸੇ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਜਿਹੜੇ ਕਿ ਗੁਰਮੁਖ ਪਿਆਰਿਓ 2016 ਤੋਂ 2016 ਤੋਂ ਕਲੰਗੀ ਤਰਪਾਲ ਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਸਥਾਨ ਧਰਤੀ ਪਟਨਾ ਸਾਹਿਬ ਤੋਂ ਸਾਈਕਲ ਤੇ ਯਾਤਰਾ ਜਿਹਨਾਂ ਨੇ ਸ਼ੁਰੂ ਕਰੀ ਸੀ ਗੁਰੂ ਦੀ ਬਖਸ਼ਿਸ਼ ਦੇ ਨਾਲ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਜੀ ਉਹਨਾਂ ਨਾਲ ਆਪਾਂ ਮਿਲਦੇ ਆ ਇਹ ਪਹੁੰਚੇ ਨੇ ਅੱਜ ਗੁਰਦੁਆਰਾ ਗੁਰਸਾਗਰ ਮਸਤਵਾਨਾ ਸਾਹਿਬ ਜ਼ਿਲ੍ਹਾ ਸੰਗਰੂਰ ਵਿਖੇ ਭਾਈ ਪਰਮਜੀਤ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਪਰਮਜੀਤ ਸਿੰਘ ਜੀ ਬਹੁਤ ਖੁਸ਼ੀ ਹੋਈ ਤੁਸੀਂ ਅੱਜ ਚੱਕਰਵਰਤੀ ਫੌਜਾ ਮਸਵਾਣਾ ਸਾਹਿਬ ਪਹੁੰਚਿਆ ਨੇ ਔਰ ਇੱਥੇ ਪਹੁੰਚਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੋ ਤੁਸੀਂ ਇਹ ਯਾਤਰਾ ਜਿਹੜੀ ਸਾਰੇ ਤੀਰਥਾਂ ਦੀ ਤਾਂ ਮਤ ਜਿੱਥੇ-ਜਿੱਥੇ ਗੁਰੂ ਸਾਹਿਬਾਨ ਦੇ ਚਰਨ ਪਏ ਸੋਡੇ ਤੇ ਗੁਰੂ ਦੀ ਕਿਰਪਾ ਹੋਈ ਤੁਸੀਂ ਉੱਥੇ-ਉੱਥੇ ਯਾਤਰਾ ਕਰ ਰਹੇ ਹੋ ਇਹ ਤੁਸੀਂ ਯਾਤਰਾ ਕਦੋਂ ਤੋਂ ਸ਼ੁਰੂ ਕੀਤੀ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਯਾਤਰਾ ਜੀ ਅਸੀਂ ਪਹਿਲਾਂ ਆਪਣਾ ਘਰ ਦੇ ਵਿੱਚ ਰਹਿੰਦੇ ਸੀ ਸਿਵਲ ਕੱਪੜਿਆਂ ਦੇ ਵਿੱਚ ਉੱਥੇ ਤੋਂ ਸਾਨੂੰ ਮਹਾਰਾਜ ਨੇ ਕੱਢਿਆ ਸੀ 2016 ਤੋਂ ਪਹਿਲਾਂ ਥੋੜੇ ਟਾਈਮ ਤਾ ਫਿਰ ਮਹਾਰਾਜ ਸਾਨੂੰ ਦਰਸ਼ਨ ਕਰਾਂਦਾ ਕਰਾਂਦਾ ਜੀ ਫਿਰ ਦਲਪੰਥ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਹੁੰਦੇ ਸੀ ਆਨੰਦਪੁਰ ਸਾਹਿਬ ਦੇ ਹਾਂਜੀ ਆਨੰਦਪੁਰ ਸਾਹਿਬ ਬਾਬਾ ਗੁਰਦੇਵ ਸਿੰਘ ਜੀ ਨੇ ਸਾਨੂੰ ਜੀ ਪਹਿਲੇ ਟਾਈਮ ਜੀ ਦਿਮਾਲਾ ਦਿੱਤਾ ਸੀ ਤਾਂ ਆਪਣਾ ਬੱਲੇ ਵਾਲੇ ਪਾਪਾ ਜੀ ਹੁੰਦੇ ਸੀ ਬਾਬਾ ਬਲਦੇਵ ਸਿੰਘ ਜੀ ਉਹਨਾਂ ਨੇ ਸਾਡੇ ਦੇ ਸਿਰ ਤੇ ਸਜਾਇਆ ਸੀ ਪਹਿਲੀ ਵਾਰ ਦਿਮਾਲਾ ਜੀ ਤਾਂ ਜਥੇਦਾਰ ਸੀ ਜੀ ਉਹ ਜੀ ਤਾਂ ਫਿਰ ਆਪਣਾ ਜੀ ਅਸੀਂ ਹਜੂਰ ਸਾਹਿਬ ਗਏ ਸੀ ਬਾਬਾ ਬਹਾਦਰ ਸਿੰਘ ਜੀ ਹੁੰਦੇ ਸੀ ਹਜੂਰ ਸਾਹਿਬ ਜੀ ਅੱਛਾ ਹਜੂਰ ਸਾਹਿਬ ਦਲਪੰਥ ਦੇ ਬੁੱਢਾ ਦਲ ਦੇ ਜਥੇਦਾਰ ਸੀ ਜੀ ਉਹ ਉਹਨਾਂ ਨੇ ਨੇ ਫਿਰ ਸਾਡੇ ਹੱਥ ਦੇ ਸਾਈਨ ਕਰਦੇ ਸੀ ਕਹਿੰਦੇ ਲਾਇਸੈਂਸ ਬਣਾ ਲੈ ਤੂੰ ਐਵੇਂ ਰਹਿ ਮਾਰਾ ਤੇਰੇ ਤੇ ਆਪੇ ਕਿਰਪਾ ਕਰੂਗਾ ਫਿਰ ਅਸੀਂ ਐਵੇਂ ਸਾਈਕਲ ਤੇ ਨਿਸ਼ਾਨ ਸਾਬ ਲੱਗੇ ਹੋਏ ਸੀ ਅੱਛਾ ਤੁਸੀਂ ਸਭ ਤੋਂ ਪਹਿਲਾਂ ਸਾਈਕਲ ਤੇ ਯਾਤਰਾ ਸ਼ੁਰੂ ਕਰੀਏ ਪਟਨਾ ਸਾਹਿਬ ਤੋਂ ਹਾਂ ਜੀ ਹਾਂ ਸਾਈਕਲ ਤੇ ਯਾਤਰਾ ਕਰਦੇ ਸੀ 100 ਕਿਲੋਮੀਟਰ ਚੱਲਦੇ ਸੀ ਜੀ ਰੋਜ਼ ਤਾਂ ਫਿਰ ਜਾ ਕੇ ਕਿਤੇ ਅੱਗੇ ਪੜਾ ਲਾਂਦੇ ਸੀ ਅੱਗੇ ਪੜਾ ਕਰਕੇ ਫਿਰ ਅੱਗੇ ਚੱਲ ਪੈਂਦੇ ਸੀ ਰੋਜ਼ ਅੱਛਾ ਸਵੇਰੇ ਰੋਜ਼ ਦਰਸ਼ਨ ਕਰਕੇ ਮਹਾਰਾਜ ਦੇ ਸਤਾਨਾਂ ਦੇ ਦਰਸ਼ਨ ਕਰਦੇ ਕਰਦੇ ਲੇਹ ਲਦਾਖ ਤੱਕ ਗਏ ਸੀ ਜੀ ਲੇਹ ਲਦਾਖ ਪੱਥਰ ਸਾਹਿਬ ਗੁਰਦੁਆਰਾ ਉੱਥੇ ਤੋਂ ਹੇਮਕੁੰਡ ਸਾਹਿਬ ਗਏ ਤੇ ਜੀ ਹੇਮਕੁੰਡ ਸਾਹਿਬ ਤੋਂ ਤਾ ਅਸੀਂ ਦਿੱਲੀ ਗਏ ਦਿੱਲੀ ਤੋਂ ਸਾਨੂੰ ਇਹ ਮੋਟਰਸਾਈਕਲ ਦਿੱਲੀ ਦੇ ਸਿੱਖਾਂ ਨੇ ਦਿੱਤਾ ਜੀ ਇਹ ਫਟਫਟ ਅੱਛਾ ਇਹ ਮੋਟਰਸਾਈਕਲ ਤੁਹਾਨੂੰ ਕਿਉਂਕਿ ਦਿੱਲੀ ਤੱਕ ਤੁਸੀਂ ਸਾਈਕਲ ਦੀ ਯਾਤਰਾ કરી ਲੇ ਲਦਾਖ ਬਰਫ਼ ਦੀਆਂ ਚੋਟੀਆਂ ਗੁਰੂ ਨਾਨਕ ਪਾਸ਼ਾ ਗਏ ਉਹ ਸਾਰੀ ਯਾਤਰਾ ਤੁਸੀਂ ਸਾਈਕਲ ਤੇ ਕੀਤੀ ਹਾਂਜੀ ਹਾਂ ਉਸ ਤੋਂ ਬਾਅਦ ਤੁਸੀਂ ਦਿੱਲੀ ਆ ਗਏ ਦਿੱਲੀ ਫਿਰ ਕਿਸੇ ਗੁਰਸਿੱਖ ਨੇ ਇਹ ਤੁਹਾਨੂੰ ਬਾਈਕ ਹਾਂਜੀ ਹਾਂ ਗੁਰੂ ਸਿੱਖ ਹੈ ਜੀ ਉਹਨਾਂ ਦਾ ਨਾਂ ਹੈ ਜੀ ਦਿਲਪ੍ਰੀਤ ਸਿੰਘ ਦਿਲ ਦੇ ਬੜੇ ਚੰਗੇ ਆ ਜੀ ਉਹ ਜਿਨ੍ਹਾਂ ਨੇ ਸਾਨੂੰ ਜੀ ਇਹ ਮੋਟਰਸਾਈਕਲ ਮਹਾਰਾਜ ਉਹਨਾਂ ਦੇ ਵਿੱਚ ਬਸਿਆ ਜੀ ਅਸੀਂ ਮਹਾਰਾਜ ਨੂੰ ਇਹੀ ਕਹਿੰਦੇ ਸੀ ਮੈਂ ਮਹਾਰਾਜ ਇਹ ਸੈਗਰ ਤੇ ਅਸੀਂ ਬਾਪ ਰੋਲੇ ਤੇ ਚੱਲਦੇ ਰਹਾਂਗੇ ਮਹਾਰਾਜ ਹਿਮਗੁੰਨ ਸਾਹਿਬ ਤੋਂ ਫਿਰ ਸਾਨੂੰ ਦਿੱਲੀ ਲੈ ਕੇ ਗਿਆ ਸੀ ਉੱਥੇ ਦਾ ਜੀ ਦਿਲਪ੍ਰੀਤ ਸਿੰਘ ਹੈ ਜੀ ਦਿਲ ਦਾ ਬੜਾ ਚੰਗਾ ਆ ਜੀ ਉਹਨਾਂ ਨੇ ਸਾਨੂੰ ਜੀ ਫਿਰ ਆਪਣਾ ਏਜੰਸੀ ਦੇ ਵਿੱਚ ਸਾਡੇ ਹੱਥ ਦੇ ਵਿੱਚ ਜਿਹੜੀ ਮੋਟਰਸਾਈਕਲ ਦੀ ਸਾਰੀ ਮਾਮਲਾ ਜੀ ਪੈਸੇ ਉਹ ਸਾਨੂੰ ਫੜਾਦੇ ਸੀ ਕਹਿੰਦੇ ਬਾਬਾ ਜੀ ਅਸੀਂ ਮੋਟਰਸਾਈਕਲ ਦੇਣਾ ਤੁਹਾਨੂੰ ਤਿਆਰ ਕਰਵਾ ਲਓ ਹਾਂ ਦੇ ਤਿਆਰ ਫਿਰ ਉਹਨਾਂ ਨੇ ਤਿਆਰ ਕਰਵਾ ਕੇ ਦਿੱਤਾ ਜੀ ਸਾਰਾ ਕੁਝ ਵੇ ਹਾਂ ਇਹ ਤੁਸੀਂ ਸਾਰੇ ਫਿਰ ਇਹ ਜਿਹੜਾ ਨਿਸ਼ਾਨ ਸਾਹਿਬ ਲਾਏ ਨੇ ਇਹ ਤੁਸੀਂ ਆਪ ਦੱਸਿਆ ਉਹਨਾਂ ਨੂੰ ਵੀ ਇਸ ਤਰ੍ਹਾਂ ਬਣਾਓ ਉਹਨਾਂ ਨੇ ਪਹਿਲਾਂ ਸਾਈਕਲ ਤੇ ਲੱਗੇ ਹੋਏ ਸੀ ਜਿਹ ਨਿਸ਼ਾਨ ਸਾਹਿਬ ਲੱਗੇ ਹੋਏ ਸੀ ਉਹ ਕਹਿਣ ਲੱਗੇ ਕਹਿੰਦੇ ਬਾਬਾ ਜੀ ਆਪ ਇਹ ਤੁਸੀਂ ਕਹਿੰਦੇ ਆਪਣੇ ਦਿਮਾਗ ਤੇ ਜਿੰਮੇ ਤੂੰ ਥੋੜਾ ਦਿਲ ਕਰਦਾ ਉਵੇਂ ਬਣਵਾ ਲਓ ਕਹਿੰਦੇ ਪੈਸੇ ਅਸੀਂ ਲਾਵਾਂਗੇ ਤੁਸੀਂ ਪੈਸੇ ਬਾਰੇ ਕੋਈ ਵੀ ਨਹੀਂ ਸੋਚਣਾ ਕਹ ਪੈਸੇ ਚਾਹੇ ਜਿੰਨੇ ਮਰਜ਼ੀ ਲੱਗੇ ਉਹਨੇ ਅਸੀਂ ਪੈਸੇ ਲਾਵਾਂਗੇ ਤੁਸੀਂ ਆਪਣੇ ਦਿਲ ਦੀ ਚਾਹਨਾ ਪੂਰੀ ਕਰੋ ਦਿਲਪ੍ਰੀਤ ਸਿੰਘ ਨੇ ਦਿਲ ਦੀ ਚਾਹਨਾ ਪੂਰੀ ਕਰਾਈ ਗੁਰੂ ਦੀ ਕਿਰਪਾ ਹੋਈ ਦਿਲਪ੍ਰੀਤ ਸਿੰਘ ਦੇ ਮਨ ਵਿੱਚ ਗੁਰੂ ਆਪ ਵਸਿਆ ਉਹਨਾਂ ਨੇ ਸੋਚਿਆ ਵੀ ਸਿੰਘ ਯਾਤਰਾ ਤੇ ਸਾਈਕਲਾਂ ਤੇ ਇੰਨੀ ਦੂਰ ਔਖੇ ਘਾਟੀਆਂ ਵਿੱਚ ਦੀ ਵੀ ਲੰਘਦੇ ਨੇ ਵੀ ਇਹਨਾਂ ਨੂੰ ਬਾਈਕ ਦੇ ਦिए ਅੱਛਾ ਇਹ ਤੁਸੀਂ ਬਾਬਾ ਜੀ ਸਾਰਾ ਇਹ ਤੁਸੀਂ ਕੀ ਲਗਾਏ ਨੇ ਜੀ ਇਹ ਇਹ ਦੋਨੇ ਕੀ ਨੇ ਇਹ ਇਹ ਸਪੀਕਰ ਹੈ ਜੀ ਇਹ ਬਾਣੀ ਚਲਦੀ ਰਹਿੰਦੀ ਹੈ ਜੀ ਇਹਦੇ ਵਿੱਚ ਇਹ ਮੋਬਾਈਲ ਹੈ ਜੀ ਇਹ ਸਪੀਕਰ ਵੀ ਉਹਨੇ ਦਿੱਤਾ ਹੋਇਆ ਹੈ ਜੀ ਦਿਲਪ੍ਰੀਤ ਸਿੰਘ ਨੇ ਦਿਲਪ੍ਰੀਤ ਸਿੰਘ ਨੇ ਇਹ ਜੀ ਬੋਸ ਦਾ ਸਪੀਕਰ ਹੈ 8500 ਰੁਪਏ ਦਾ ਹੈ ਉਹ ਕਹਿਣ ਲੱਗਿਆ ਬਾਬਾ ਜੀ ਕਹਿੰਦਾ ਮੈਂ ਕਹਿੰਦਾ ਬਾਹਰ ਦਾ ਸਪੀਕਰ ਹੈ ਕਹਿੰਦਾ ਮੇਰੇ ਕੋਲ ਉਹ ਤੁਹਾਨੂੰ ਦੇਵਾਂਗਾ ਤਾਂ ਉਹਨਾਂ ਨੇ ਇਹ ਸਪੀਕਰ ਵੀ ਦਿੱਤਾ ਜੀ ਤਾਂ ਇਹ ਮੋਬਾਈਲ ਨਾਲ ਅਟੈਚ ਹੋ ਜਾਂਦੇ ਹਾਂ ਜੀ ਮੋਬਾਈਲ ਨਾਲ ਅਟੈਚ ਹੋ ਜਾਂਦਾ ਹੈ ਬਲੂਟੁੱਥ ਹੈ ਜੀ ਅੱਛਾ ਅਪਣਾ ਮੋਬਾਈਲ ਨਾਲ ਫਿਰ ਇਹਦੇ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਤੇ ਅੰਮ੍ਰਿਤਸਰ ਤੇ ਇਹਨਾਂ ਗੁਰਦੁਆਰਿਆਂ ਦੀ ਬਾਣੀ ਚੱਲਦੀ ਰਹਿੰਦੀ ਹੈ ਜੀ ਤਾਂ ਤਸ ਅੱਛਾ ਇਹ ਦੱਸੋ ਵੀ ਤੁਸੀਂ ਜਦੋਂ ਇਹ 2015 16 ਦੇ ਵਿੱਚ ਸ਼ੁਰੂ ਕਰੀਏ ਯਾਤਰਾ ਸਾਈਕਲ ਤੇ ਹਾਂਜੀ ਉਦੋਂ ਪਹਿਲਾਂ ਤੁਸੀਂ ਕੀ ਕਿਰਤ ਕਰਦੇ ਸੀ ਪਰਿਵਾਰ ਵਿੱਚ ਪਹਿਲਾਂ ਤਾਂ ਜੀ ਕਿਰਤ ਦਾ ਆਪਣਾ ਚੈਨ ਕੁੱਪੀ ਦਾ ਕੰਮ ਕਰਦੇ ਸੀ ਜੀ ਅੱਛਾ ਟਾਵਰ ਲਾਈਨ ਦੇ ਵਿੱਚ ਚੈਨ ਕੁੱਪੀਆਂ 62 ਕੇਵੀ ਕੇਵੀ ਦੇ ਜਨਰੇਟਰ ਬਿਲਡਿੰਗਾਂ ਦੇ ਚੜਾਇਆ ਕਰਦੇ ਸੀ ਜੀ ਆਪਣਾ ਸਾਨੂੰ ਗੱਡੀ ਮਿਲੀ ਵੀ ਸੀ ਜੀ ਕੰਪਨੀ ਲਾਈਨ ਨੇ ਸਾਨੂੰ ਨਾ ਟਾਵਰ ਲਾਈਨ ਨੇ ਗੱਡੀ ਦਿੱਤੀ ਹੋਈ ਸੀ ਮਹਿੰਦਰਾ ਮੈਕਸੋ ਦੇ ਵਿੱਚ ਸਾਡਾ ਰੋਜ਼ਗਾਰ ਸੀ ਜਿਹੜਾ ਅਸੀਂ ਕੰਮ ਕਰਿਆ ਕਰ ਦੇਸੀ ਆਪਣਾ ਅੱਛਾ ਉਸ ਤੋਂ ਬਾਅਦ ਤੁਹਾਡੇ ਮਨ ਵਿੱਚ ਵਿਚਾਰ ਆਇਆ ਵੀ ਗੁਰੂ ਦੇ ਲੇਖੇ ਜ਼ਿੰਦਗੀ ਲਾ ਲਈਏ ਅਸਥਾਨਾਂ ਦੇ ਦਰਸ਼ਨ ਕਰੀਏ ਘਰੋਂ ਤੁਸੀਂ ਚੱਲ ਪਏ ਹਾਂਜੀ ਸਾਨੂੰ ਮਹਾਰਾਜ ਜੀ ਨਾਲ ਹੀ ਸਵੇਰੇ ਅਮਰਤ ਵੇਲੇ ਮਹਾਰਾਜ ਦੇ ਨਿਹੰਗ ਸਿੰਘ ਦਿਖਿਆ ਕਰਦੇ ਤੇ ਸੁਪਨਿਆਂ ਦੇ ਵਿੱਚ ਸੁਪਨੇ ਆਏ ਸਾਡੇ ਨੇੜੇ ਨਾਲ ਪਹਿਲੇ ਪਿਛਲੇ ਘਰ ਦੇ ਗੁਰਦੁਆਰਾ ਪੈਂਦਾ ਨੇੜੇ ਜੀ ਉੱਥੇ ਨਾਲ ਸਾਡਾ ਜਦ ਸਵੇਰੇ ਅਮਰਤ ਵੇਲਾ ਹੁੰਦਾ ਸੀ ਸਾਨੂੰ ਨਾਲ ਤਾਂ ਆਪਨਾ ਨਿਹੰਗ ਸਿੰਘ ਨਾਲ ਕੁਲਦੇ ਹੋਏ ਲੜਦੇ ਹੋਏ ਦਿਖਿਆ ਕਰਦੇ ਤੇ ਸਾਨੂੰ ਸਾਨੂੰ ਪਤਾ ਨਹੀਂ ਲੱਗਦਾ ਤੇ ਕੀ ਇੱਕ ਦਿਨ ਫਿਰ ਐਸਾ ਹੋਇਆ ਮਹਾਰਾਜ ਨੇ ਆਪਣਾ ਬਾਹ ਫੜੀ ਕਹਿੰਦਾ ਚੱਲ ਇੱਥੇ ਤੋਂ ਇੱਥੇ ਕੁਝ ਨਹੀਂ ਆ ਫਿਰ ਮੋਹ ਮਾਇਆ ਤੇ ਆਗਦੀ ਸੀ ਇਹ ਤੁਹਾਡੇ ਇਹ ਨੀਲਾ ਬਾਣਾ ਸਾਰੇ ਦਸਤਾਰ ਦਮਾਲੇ ਸ਼ਸ਼ਤਰ ਬਸਤਰ ਇਹ ਗੁਰੂ ਗੁਰੂ ਨੇ ਕਿਰਪਾ ਕਰਤੀ ਪਹਿਲਾਂ ਤੁਹਾਨੂੰ ਸੁਪਨੇ ਵਿੱਚ ਇਹ ਗੱਲਾਂ ਦਿਖਾਈ ਦਿੱਤੀਆਂ ਫਿਰ ਤੁਸੀਂ ਇਹ ਗੁਰੂ ਦੀ ਕਿਰਪਾ ਨਾਲ ਤਾਮ ਕਰ ਲਈ ਹਾਂਜੀ ਹਾਂਜੀ ਪਹਿਲਾਂ ਦਿਖਾਈ ਦਿੱਤੀਆਂ ਜੀ ਫਿਰ ਹੋਲੇ ਮੱਲੇ ਤੇ ਇਹ ਨੀਲਾ ਬਾਣਾ ਮਿਲਿਆ ਸੀ ਜੀ ਇਹ ਫਿਰ ਅਮਰਤਸ਼ੂ ਕੀ ਤੁਸੀਂ ਉੱਥੇ ਆਨੰਦਪੁਰ ਸਾਹਿਬ ਦੀ ਸ਼ਿਕ ਹਾਂਜੀ ਆਨੰਦਪੁਰ ਸਾਹਿਬ ਸ਼ਕੈਸੀ ਜੀ ਹੋਲੇ ਮੱਲੇ ਤੇ ਫਿਰ ਹੋਲੇ ਮੱਲੇ ਤੋਂ ਬਾਅਦ ਬਾਬਾ ਗਰਦੇਵ ਸਿੰਘ ਜੀ ਨੇ ਆਪਣਾ ਦਿਮਾਲਾ ਦਿੱਤਾ ਸੀ ਸਾਨੂੰ ਫਸਟ ਟਾਈਮ ਬਾਬਾ ਗਰਦੇਵ ਸਿੰਘ ਨੇ ਦਿਮਾਲੇ ਦਿਮਾਲਾ ਦਿੱਤਾ ਸੀ ਬੱਲੇ ਵਾਲੇ ਬਾਬਾ ਸੀ ਬਾਬਾ ਬਲਦੇਵ ਸਿੰਘ ਉਹਨਾਂ ਨੇ ਦਿਮਾਲਾ ਪਹਿਲੀ ਵਾਰ ਸਜਾਇਆ ਸੀ ਜੀ ਅੱਛਾ ਸਾਈਕਲ ਤੇ ਜੋ ਤੁਸੀਂ ਜਾਂਦੇ ਸੀਗੇ ਹਾਂਜੀ ਸਾਈਕਲ ਤੇ ਉਸ ਨੂੰ ਰਸਤੇ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਵੀ ਲੇਹ ਦੱਖ ਗਏ ਪਹਾੜਾਂ ਦੇ ਵਿੱਚ ਉੱਥੇ ਤੁਹਾਨੂੰ ਰਸਤੇ 'ਚ ਕੋਈ ਮੁਸ਼ਕਲਾਂ ਆਈਆਂ ਮੁਸ਼ਕਿਲਾਂ ਤਾਂ ਨਹੀਂ ਆਈਆਂ ਜੀ ਕੋਈ ਮੁਸ਼ਕਲਾ ਕਈ ਵਾਰ ਮੁਸ਼ਕਲਾ ਮਸਕਲਾ ਨਹੀਂ ਆਉਂਦੇ ਆ ਜੀ ਸਿੰਘਾ ਦੇ ਕੋਲ ਜੀ ਆਪਾਂ ਕਹੀਏ ਮੁਸ਼ਕਿਲਾਂ ਆਈਆਂ ਵਾਹ ਜੀ ਵਾਹ ਵਾਹਿਗੁਰੂ ਬਾਈ ਅੱਛਾ ਸਲੋਖੇਓ ਦੇਖੋ ਚੜ੍ਹਦੀ ਕਲਾ ਜਦੋਂ ਗੁਰ ਮੇਰੇ ਸੰਗ ਸਲਾ ਹੈ ਨਾਲੇ ਜਦੋਂ ਸਾਡਾ ਗੁਰੂ ਤੇ ਵਿਸ਼ਵਾਸ ਹੈ ਫਿਰ ਛੋਟੀਆਂ ਮੋਟੀਆਂ ਮੁਸ਼ਕਿਲਾਂ ਖਾਲਸੇ ਨੂੰ ਕੁਝ ਨਹੀਂ ਕਹਿ ਸਕਦੀਆਂ ਅੱਛਾ ਪਰਮਜੀਤ ਸਿੰਘ ਜੀ ਖਾਲਸਾ ਜੀ ਆਪ ਤੁਸੀਂ ਇਹ ਨਾਲ ਤੀਰੋ ਤਫੰਗੋ ਜਨ ਰਣਵੇ ਬੜੋ ਚੰਗੋ ਇਹ ਵੀ ਨਾਲ ਰੱਖੇ ਇਹ ਕਿਸ ਤਰ੍ਹਾਂ ਬਣਵਾਏ ਕਿੱਥੋਂ ਤਿਆਰ ਕਰਾਏ ਨੇ ਜੀ ਤੀਰੋ ਤਫੰਗੋ ਵੱਡੋ ਰਾਮ ਜੰਗੋ ਕਮੰਦ ਕੋੜੜਾ ਪੰਜ ਸ਼ਸਤਰ ਪ੍ਰਵਾਣ ਸੁਣੋ ਆਨੰਦ ਲਾਲ ਜੀ ਸਾਜ ਪ੍ਰਗਟ ਕਰੂੰਗਾ ਆਪਣਾ ਰਾ ਚਾਰ ਵਰਨ ਇੱਕ ਵਰਨ ਕਹਾਉ ਵਾਹਿਗੁਰੂ ਸਿੰਘ ਕੋ ਨਾਮ ਜਪਾਉ ਚੜੇ ਸਿੰਘ ਇਸ ਮੁਕਤ ਕਰਾਉ ਝੁੱਲਣ ਨੇਜੇ ਹਸਤੀ ਸਾਜੇ ਦੁਆਰ ਦੁਆਰ ਪਰ ਨੋਬ ਦਵਾਜੇ ਸਵਾ ਲੱਖ ਜਬ ਧੁਖੇ ਪਲੀਤਾ ਤਵੇ ਖਾਲਸਾ ਉਦੇ ਅਸਤ ਲੋ ਜੀਤਾ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਵਾਰ ਹੋਏ ਸਭ ਮਿਲenge ਬਚੇ ਰੰਜੋ ਹੋਏ ਇਹ ਜੀ ਮਹਾਰਾਜ ਨੇ ਦਿੱਤਾ ਹੈ ਤੀਰ ਕਮਾਨ ਵੀ ਅੱਛਾ ਅੱਛਾ ਇਹਤ ਕੀ ਅਸੀਂ ਹੇਮਕੁੰਟ ਸਾਹਿਬ ਤੋਂ ਆ ਰਹੇ ਸੀ ਉੱਥੇ ਦੇ ਨਾ ਇੱਕ ਸਿੰਘ ਹੈ ਜੀ ਹਰਿਆਣੇ ਦੇ ਵਿੱਚ ਉਹਨੇ ਦਿੱਤਾ ਜੀ ਇਹ ਤੀਰ ਕਮਾਨ ਇਹ ਤੁਸੀਂ ਨਾਲ ਆਪਣਾ ਹੇਮਕੁੰਟ ਸਾਹਿਬ ਦਾ ਮਾਡਲ ਵੀ ਲੱਖਿਆ ਜੀ ਇਹ ਕਿਵੇਂ ਹਾਂ ਜੀ ਹੈ ਇਹ ਬਣਵਾਇਆ ਜੀ ਉੱਥੇ ਤੋਂ ਬਣਵਾਇਆ ਸੀ ਦਿੱਲੀ ਤੋਂ ਬਣਵਾਇਆ ਸੀ ਜੀ ਇਹ ਤੁਸੀਂ ਫਿਰ ਨਾਲ ਰੱਖਣ ਲਈ ਕਿਵੇਂ ਹਾਂਜੀ ਹਾਂ ਨਾਲ ਰੱਖਣ ਲਈ ਅਸੀਂ ਜੀ ਆਪਣੇ ਮੰਨ ਦੀਆਂ ਨੇ ਜਿਹੜੀ ਮੰਨ ਦੀ ਰੀਝਾਂ ਜੀ ਉਹ ਅਸੀਂ ਦਰਸ਼ਨ ਕਰ ਲੈਂਦੇ ਆ ਵੀ ਮਹਾਰਾਜ ਉੱਥੇ ਤਾਂ ਆ ਨਹੀਂ ਸਕਦੇ ਅੱਛਾ ਉਹ ਹੇਮਕੁੰਟ ਪਰਬਤ ਹੈ ਜਹਾਂ ਸੱਤ ਸਿਰੰਗ ਸੋਭਤ ਹੈ ਤਹਾਂ ਮਾ ਉੱਥੇ ਦਰਸ਼ਨ ਕਰਕੇ ਅਸੀਂ ਆਪਣਾ ਮੰਨ ਦੀ ਇੱਛਾ ਪੂਰੀ ਕਰ ਲੈਂਦੇ ਆ ਵੀ ਦਸਨ ਹੋ ਗਏ ਅੱਛਾ ਤੁਸੀਂ ਮੋਟਰਸਾਈਕਲ ਤੇ ਨਾਲ ਇਹ ਸਾਰੇ ਵੱਡੇ ਦੋਨੇ ਪਾਸੇ ਵੱਡੇ ਮਤਲਬ ਲੋਹੇ ਦੇ ਟੈਚੀ ਕਹਿ ਲਓ ਜਾਂ ਟਰੰਕ ਕਹਿ ਲਓ ਫਿੱਟ ਕਰਾਏ ਨੇ ਇਹਨਾਂ ਦੇ ਵਿੱਚ ਤੁਸੀਂ ਕੀ ਸਮਾਨ ਤੁਹਾਡਾ ਇਸ ਮਾਨ ਹੈ ਜੀ ਇਹਦੇ ਵਿੱਚ ਗੜਬਾ ਜੀ ਬਾਬਾ ਅਤਰ ਸਿੰਘ ਜੀ ਦਾ ਤਾਂ ਸਰਬ ਲੋ ਉਹਦੇ ਵਰਤਨ ਹੈ ਜੀ ਅੱਛਾ ਸੰਤ ਬਾਬਾ ਅਤਰ ਸਿੰਘ ਜੀ ਦਾ ਗੜਬਾ ਹਾਂ ਜੀ ਹਾਂ ਅੱਜ ਉਹਨਾਂ ਦੇ ਅਸਥਾਨ ਤੇ ਖੜੇ ਹੋ ਤੁਸੀਂ ਮਸਤ ਹੋਣਾ ਸਾਹਿਬ ਉਸ ਅਸਥਾਨ ਤੇ ਅੱਛਾ ਵੀ ਕਿਰਪਾ ਸਾਨੂੰ ਹੋ ਗਈ ਕਿ ਅਸੀਂ ਸਿੰਘ ਨੇ ਦੱਬਾਸ਼ਾ ਦੇ ਦਿੰਦੇ ਆਂ ਦਰਸ਼ਨ ਕਰਾ ਦੇ ਹਾਂ ਹਾਂ ਉਹ ਦਰਸ਼ਨ ਕਰਾਓ ਜੀ ਸੰਤ ਬਾਬਾ ਅਤਰ ਸਿੰਘ ਜੀ ਦਾ ਅੱਛਾ ਉਹ ਦੇਖੋ ਅੱਜ ਕਿਉਂਕਿ ਪਰਮਜੀਤ ਸਿੰਘ ਜੀ ਖਾਲਸਾ ਇਹਨਾਂ ਨੇ ਜਿੰਨੇ ਸ਼ਾਸਤਰ ਧਾਰਨ ਕੀਤੇ ਨੇ ਔਰ ਰੱਖੇ ਨੇ ਸਾਰੇ ਗੁਰੂ ਦੀ ਬਖਸ਼ਿਸ਼ ਨਾਲ ਇਹ ਇਹਨਾਂ ਦੇ ਬਾਟੇ ਸਰਬ ਲੋਹ ਦੇ ਗੜਬਾ ਤੇ ਸ਼ਾਸਤਰ ਦੂਸਰੇ ਗੁਪਤ ਸ਼ਾਸਤਰ ਵੀ ਠੀਕ ਹੈ ਜੀ ਤੁਸੀਂ ਸਿਭਾਉਣ ਵਾਲੇ ਨੇ ਜਿਹੜੇ ਉਹ ਪੈ ਨੇ ਇਹ ਇਹ ਗੜਬਾ ਹੈ ਜੀ ਇਹ ਬਾਬਾ ਜੀ ਰਾਜੀ ਦੇ ਇਹ ਗੁਰਮੁਖ ਪਿਆਰਿਓ ਸੁਰਤੋਂ ਇਹ ਗੜਬਾ ਹੈ ਜੀ ਅਤਰ ਸਿੰਘ ਜੀ ਗੁਰੂ ਸਾਗਰ ਮਸਤਵਾਨਾ ਸਾਹਿਬ ਅੱਛੇ ਅੱਛਾ ਧੰਨ ਧੰਨ ਸੰਤ ਅਤਰ ਸਿੰਘ ਗੁਰੂ ਸਾਗਰ ਮਸਤ ਇਹ ਗੜਬਾ ਸਾਨੂੰ ਕਿੱਥੋਂ ਬਖਸ਼ ਪ੍ਰਾਪਤ ਇੱਕ ਇੱਕ ਗੜਬਾ ਜੀ ਬਾਬਾ ਜੀ ਦੇ ਨਾ ਟਾਈਮ ਦੇ ਵਿੱਚ ਸੇਵਾ ਕੀ ਕਰੀ ਹੋਈ ਸੀ ਜੀ आनंदਪੁਰ ਸਾਹਿਬ ਹੈ ਜੀ ਬਾਬਾ ਕਲਦੀਪ ਸਿੰਘ ਜੀ ਹਾਂ ਉਹਨਾਂ ਦੇ ਕਿਤੇ ਸੇਵਾ ਹੋਈ ਹੋਈ ਸੀ ਉਹਨਾਂ ਨੇ ਨਾ ਸਾਨੂੰ ਸੰਭਾਇਆ ਕਹਿੰਦੇ ਹੁਣ ਸੇਵਾ ਵੀ ਹਾਂ ਤੁਹਾਨੂੰ ਸੰਭਾ ਇਹ ਬਾਬਾ ਕਲਦੀਪ ਸਿੰਘ ਜੀ ਨੇ ਗਾਂਸ ਤੁਹਾਨੂੰ ਬਾਬਾ ਕਲਦੀਪ ਸਿੰਘ ਕੋਲ ਉਹਨਾਂ ਦੇ ਗੁਰੂ ਤੋਂ ਆਇਆ ਹੋਊਗਾ ਜਿਨ੍ਹਾਂ ਕੋਲ ਰਹਿੰਦੇ ਸੀ ਸੇਵਾ ਕਰਦੇ ਸੀ ਉਹਨਾਂ ਕੋਲੇ ਸੰਤਵਾਵਾਤਰ ਸਿੰਘ ਜੀ ਦੇ ਸਮੇਂ ਦਾ ਗੜਬਾਸ ਤੁਹਾਡੇ ਕੋਲੇ ਠੀਕ ਹੈ ਜੀ ਹਾਂ ਜੀ ਉਹਨਾਂ ਦੇ ਗੁਰੂ ਬਾਬਾ ਜੀ ਕੋਲ ਰਹਿੰਦੇ ਹੋਣੇ ਜਦ ਉਸ ਟਾਈਮ ਦੇ ਉਹਨਾਂ ਨੇ ਸਾਨੂੰ ਇਹ ਸੰਭਾ ਦੀ ਦਾਤ ਸਾਡੇ ਅੱਛਾ ਇਹ ਗੜਬੇ ਆ ਤੁਸੀਂ ਚੱਕਿਓ ਮੜਾ ਜਾ ਜੀ ਇਹਦੇ ਵਿੱਚ ਜਿਵੇਂ ਇਹ ਸਿਲੰਡਰ ਵੀ ਰੱਖਿਆ ਛੋਟਾ ਤੁਸੀਂ ਇਹ ਕਾਦੇ ਵਾਸਤੇ ਹੈ ਜੀ ਇਹ ਸਿਲੰਡਰ ਹੈ ਜਿਵੇਂ ਕੋਈ ਆਪਣਾ ਲੰਗਰ ਪਾਣੀ ਬਣਾਉਣਾ ਜੀ ਕਿਤੇ ਆਪਣਾ ਜਿਵੇਂ ਫੌਜਾ ਇਕੱਠੀ ਆਉਗੀਆਂ ਨਿਹੰਗ ਸਿੰਘ ਹਾਂ ਹਾਂ ਤਾਂ ਲੰਗਰ ਆਪਾਂ ਨੇ ਤਿਆਰ ਕਰਨਾ ਕਿਤੇ ਹਾਂ ਆਪਣਾ ਤਿਆਰ ਕਰ ਲੈਂਦੇ ਆਂ ਫਿਰ ਅੱਛੇ ਅੱਛੇ ਅੱਛਾ ਇਹ ਸ਼ਸਤਰ ਜਿਵੇਂ ਤੁਹਾਡੇ ਨੇ ਤੀਰ ਕਮਾਨ ਹੋ ਗਏ ਹਾਂਜੀ ਹਾਂ ਤੇ ਆਪਣਾ ਸਫਾ ਜੰਗ ਹੋ ਗਏ ਚੱਕਰ ਹੋ ਗਏ ਹੋਰ ਵੀ ਸ਼ਸਤਰ ਤੁਹਾਡੇ ਨੇ ਬਈ ਖਾਲਸਾਈ ਸ਼ਸਤਰ ਨੇ ਜਿਹੜੇ ਸ਼ਾਸਤਰ ਤਾਂ ਹੈਗੇ ਆ ਜੀ ਹੁਣ ਗੁਪਤ ਪਏ ਆ ਜੀ ਅੱਛਾ ਅੱਛਾ ਉਹ ਠੀਕ ਹੈ ਡੂੰਗੇ ਪਏ ਨੇ ਹਾਂ ਗੁਪਤ ਪਏ ਜਈ ਉਹਨਾਂ ਤੋਂ ਕੰਮ ਲਿਆ ਜਾ ਸਕਦਾ ਹੈ ਕੰਮ ਲਿਆ ਜਾ ਸਕਦਾ ਹੈ ਅੱਛਾ 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 ਟਾਈਮ ਆਣਦੇ ਜਦ ਮਹਾਰਾਜ ਕੋਈ ਟਾਈਮ ਕੋਈ ਐਸੇ ਸ਼ਾਸਤਰ ਰਸਤੇ ਦੇ ਵਿੱਚ ਜਾਂਦੇ ਹਾਂ ਹਾਂ ਜੀ ਹਾਂ ਲੋੜ ਪੈ ਜੇ ਹਾਂ ਜੀ ਰਸਤੇ ਦੇ ਵਿੱਚ ਤਾਂ ਇਹ ਹਾਕੀ ਹੈਗੀ ਆ ਆਪਾਂ ਜੀ ਜ਼ਿਆਦਾ ਰਸਤੇ ਦੇ ਵਿੱਚ ਕੋਈ ਨਾ ਹੈ ਫਿਰ ਹਾਕੀ ਹੈ ਬਾਦੂ ਹੈ ਜੀ ਅੱਛਾ ਆ ਚਲੋ ਚਲੋ ਵੈਸੇ ਸ਼ਾਸਤਰਾਂ ਦੀ ਕਿਉਂਕਿ ਖਾਲਸੇ ਦੇ ਅੱਗੇ ਤਾਂ ਹਰੇਕ ਨੂੰ ਝੁੱਕ ਜਾਂਦਾ ਹੈ ਪਰ ਕਈ ਵਾਰੀ ਜੇ ਕੋਈ ਅੜੇ ਹੇੜਾ ਡੇਸੋ ਚੜੇ ਹਾਂਜੀ ਸ਼ਰਨ ਪੜੇ ਉਤਰੇ ਹਾਂ ਬਾਦ ਨਹੀਂ ਹੁਣ ਹਾਂ ਇਹ ਪਾ ਲਓ ਜੀ ਵਿੱਚ ਇਹ ਅੱਛਾ ਇਸ ਤਰ੍ਹਾਂ ਤੁਸੀਂ ਸਾਰਾ ਇਹ ਤੀਰਨੇ ਜਿਵੇਂ ਇਹਨਾਂ ਦੀ ਰਿਹੈਸਲ ਵਗੈਰਾ ਤੁਸੀਂ ਇਹਦੀ ਸਿਖਲਾਈ ਜਿਹੜੀ ਕਿ ਕਿੱਥੋਂ ਲਈ ਸਿਖਲਾਈ ਤਾਂ ਇਹ ਹਜੇ ਚੱਲੇ ਰਹੀ ਆ ਜੀ ਸਾਰੀ ਜ਼ਿੰਦਗੀ ਲੰਘ ਜਾਵੇ ਸਿਖਲਾਈ ਪੂਰੀ ਨਹੀਂ ਹੁੰਦੀ ਜੀ ਜਿਵੇਂ ਡਰਾਈਵਰ ਜੀ ਡਰਾਈਵਰ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਡਰਾਈਵਰ ਨਹੀਂ ਬਣ ਸਕਦਾ ਅੱਛਾ ਪਰਮਜੀਤ ਸਿੰਘ ਦੀ ਇੱਕ ਗੱਲ ਦੱਸੋ ਤੁਸੀਂ ਇੱਧਰ ਆ ਜਾਓ ਆਪਾ ਹੁਣ ਤੱਕ ਤੁਸੀਂ ਜਿਵੇਂ 2015 ਤੋਂ ਚੱਲਿਓ ਤੁਸੀਂ ਯਾਤਰਾ ਤੇ ਹੁਣ ਤਾਂ ਤੁਸੀਂ ਕਿੰਨੇ ਕ ਗੁਰਦੁਆਰੇ ਗੁਰਧਾਮਾਂ ਦੇ ਅਸਾਂ ਦੇ ਦਰਸ਼ਨ ਕਰ ਲਏ ਗੁਰਧਾਮਾਂ ਦੇ ਦਰਸ਼ਨ ਜ ساری ਜ਼ਿੰਦਗੀ ਜਦ ਤੱਕ ਨਾ ਇਹ ساری ਜ਼ਿੰਦਗੀ ਮਹਾਰਾਜ ਨੇ ਜਿਹੜਾ ਇਹ ਸਰੀਰ ਦੇ ਦਿੱਤਾ ਹੋਇਆ ਉਹਦੇ ਸੁਭਾਸ ਹੈ ਜੀ ਜਦ ਤੱਕ ساری ਜ਼ਿੰਦਗੀ ਲੰਘਦੀ ਜਾਊਗੀ ਹੌਲੀ ਹੌਲੀ ਦਰਸ਼ਨ ਤਾਂ ਵੀ ਸਾਰੇ ਦਰਸ਼ਨ ਨਹੀਂ ਹੋ ਸਕਦੇ ਗੁਰਦੁਆਰਿਆਂ ਦੇ ਅਸੀਂ ਸਾਰੇ ਕਿਤੇ ਜਾ ਕੇ ਦੇਖਿਆ ਕਈ ਜਗਾਂ ਨਾ ਅਸੀਂ ਐਸੀ ਜਗ੍ਹਾ ਗਏ ਆ ਜੀ ਦਰਸ਼ਨ ਕਰਨੇ ਜਿੱਥੇ ਸਾਨੂੰ ਕਦੇ ਉਮੀਦ ਵੀ ਨਹੀਂ ਤੀ ਵੀ ਹਾਂ ਇੱਥੇ ਗੁਰੂ ਸਾਹਿਬ ਸਾਡੇ ਦਰਸ਼ਨ ਕਰਾ ਦੇਗਾ ਅਸੀਂ ਜਿਹੜੇ ਨਿਸਾਨ ਸਾਹਿਬ ਇਹਨਾਂ ਨੇ ਇਹਨਾਂ ਨਾਲ ਗੱਲਾਂ ਕਰਦੇ ਆ ਜੀ ਇਹਨਾਂ ਨੂੰ ਇਹ ਕਹਿੰਦੇ ਆ ਵੀ ਮਹਾਰਾਜ ਤੂੰ ਐ ਸਾਨੂੰ ਨਹੀਂ ਪਤਾ ਹੈ ਵੀ ਹਾਂ ਤੂੰ ਦਰਸ਼ਨ ਜਿੱਥੇ ਕਰਾਣੇ ਆ ਤੂੰ ਹੀ ਕਰਾਣੇ ਆ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਜਾਂ ਆਪ ਜੀ ਦੇ ਸਰਬਤ ਗੁਰਦੁਆਰਿਆਂ ਤੀਰਥਾਂ ਧਾਮਾਂ ਨਿਸ਼ਾਨਾ ਧੋਸਿਆ ਬੂਂਗਿਆ ਦੇ ਦਰਸ਼ਨ ਦੇਦਾ ਤੇ ਜੋੜ ਮੇਲਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਉਹ ਮਹਾਰਾਜ ਫਿਰ ਦਰਸ਼ਨ ਹੌਲੀ ਹੌਲੀ ਆਪੇ ਬਖਸ਼ ਚਲੋ ਕਿਉਂਕਿ ਦੋਏ ਨਿਸ਼ਾਨ ਸੋਲੇ ਅੱਗੇ ਲੱਗੇ ਹੋਏ ਨੇ ਤੁਸੀਂ ਇਹਨਾਂ ਦੇ ਪਿੱਛੇੋਂ ਪਹਿਲਾ ਨਿਸ਼ਾਨ ਅੱਗੇ ਜਾ ਰਹੇ ਨੇ ਹੈ ਨਾ ਜੀ ਉਹ ਨਿਸ਼ਾਨ ਜਿੱਧਰ ਨੂੰ ਫਿਰ ਲੈ ਜਾਂਦੇ ਨੇ ਤੁਸੀਂ ਪਿੱਛੇ-ਪਿੱਛੇ ਜਾਂਦੇ ਹਾਂ ਹਾਂਜੀ ਹਾਂ ਅਸੀਂ ਪਿੱਛੇ-ਪਿੱਛੇ ਚੱਲੇ ਜਾਂਦੇ ਇੱਕ ਵਾਰ ਨਾ ਜੀ ਅਸੀਂ ਆ ਉੱਥੇ ਤੋਂ ਨਾ ਦਮਦਮਾ ਸਾਹਿਬ ਤੋਂ ਹੇਮਕੋੜ ਸਾਹਿਬ ਦੇ ਚਾਲੇ ਪਾਏ ਸੀ ਸਾਈਕਲ ਤੇ ਸੀ ਜਦੋਂ ਉਸ ਟਾਈਮ ਬਾਪ ਰੋਲੇ ਤੇ ਤਾਂ ਸਾਈਕਲ ਤੇ ਜਾਂਦੇ ਜਾਂਦੇ ਨਾ ਰਾਹ ਦੇ ਵਿੱਚ ਨਾ ਸੀ ਹੇਮਕੋੜ ਸਾਹਿਬ ਸਾਨੂੰ ਪਤਾ ਨਹੀਂ ਸੀ ਜੀ ਦਮਦਮਾ ਸਾਹਿਬ ਤੋਂ ਨਾ ਨੇੜੇ ਇੱਕ ਮਠਾਈ ਸਰ ਗੁਰਦੁਆਰਾ ਪੈਂਦਾ ਗੁਰੂ ਸਾਹਿਬ ਦਾ ਮਠਾਈ ਸਰ ਗੁਰਦੁਆਰਾ ਸਾਨੂੰ ਮਹਾਰਾਜ ਉੱਥੇ ਲੈ ਗਿਆ ਸੀ ਅਸੀਂ ਜਦ ਜਾ ਕੇ ਦੇਖਿਆ ਨਾ ਉੱਥੇ ਵੀ ਹਾਂ ਅਸੀਂ ਸੋਚਿਆ ਵੀ ਨਹੀਂ ਸੀ ਉੱਥੇ ਇਤਿਹਾਸ ਦੇਖਿਆ ਇਤਿਹਾਸ ਪੜ੍ਹ ਤਾ ਫਿਰ ਜਿਸ ਟਾਈਮ ਅਸੀਂ ਇਹ ਸੋਚਿਆ ਮਾਹਾਰਾਜ ਤੂੰ ਹੀ ਦਰਸ਼ਨ ਕਰਾਂਦਾ ਤੂੰ ਹੀ ਕਰਾਏ ਦਰਸ਼ਨ ਨਹੀਂ ਸਾਨੂੰ ਦਰਸ਼ਨ ਨਹੀਂ ਤੇ ਉਥੇ ਉਮੀਦ ਵੀ ਮਠਾਈ ਸਰਦੇ ਸਾਨੂੰ ਉਹ ਦੁਬਾਰੇ ਦੇ ਦਰਸ਼ਨ ਹੋ ਜਾਣਗੇ ਉਥੇ ਫਿਰ ਮਹਾਰਾਜ ਸਾਨੂੰ ਲੈ ਕੇ ਗਿਆ ਸੀ ਅੱਛਾ 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 ਜੇ ਮੈਂ ਜੇ ਮੈਂ ਦਲਾ ਦਲਾਂ ਦੀ ਤੁਸੀਂ ਗੱਲ ਕਰੀ ਐ ਖਾਲਸਾ ਜੀ ਦਲਾ ਬੁੱਢਾ ਦਲਾ ਲੰਗ ਸਿੰਘ ਜੱਥੇਬੰਦੀਆਂ ਉਹਨਾਂ ਵਿੱਚ ਦਲਾ ਵਿੱਚ ਵੀ ਕੁਝ ਟਾਈਮ ਰਹੇ ਹਾਂ ਦਲਾ ਪੇ ਦਲਾ ਵਿੱਚ ਦਲਾ ਵਿੱਚ ਤਾਂ ਥੋੜਾ ਟਾਈਮ ਰਹੇ ਹਾਂ ਇਹ ਥੋੜਾ ਟਾਈਮ ਆ ਆਪਣਾ ਦਲਾ ਵਿੱਚ ਨਹੀਂ ਆਣਾ ਸਮਝੀਏ ਸਾਡਾ ਉਸ ਤੋਂ ਬਾਅਦ ਫਿਰ ਤੁਸੀਂ ਮਨ ਵਿੱਚ ਸੋਚਿਆ ਵੀ ਸਵਾਲਾ ਲੱਖ ਸੇ ਇੱਕ ਲੜਾਉਂ ਵੀ ਸਵਾਲਾ ਲੱਖ ਫੌਜਾਂ ਹਾਂਜੀ ਹਾਂ ਦਲਾ ਪੰਥਾ ਦੇ ਵਿੱਚ ਸਿੰਘਾਂ ਨੂੰ ਆਪਾਂ ਪੁੱਛ ਲੈਂਦੇ ਹਾਂ ਵੀ ਹਾਂ ਉਹ ਜਾਂਦੇ ਜਰੂਰ ਐ ਦਲਾ ਪੰਥਾ ਦੇ ਵਿੱਚ ਸਾਰੇ ਸਿੰਘਾਂ ਨਾਲ ਸਾਰੇ ਦਲਾ ਪੰਥਾ ਦੇ ਨਾਲ ਅਸੀਂ ਰੱਖਦੇ ਹਾਂ ਕੋਈ ਐਸੀ ਉਹ ਨਹੀਂ ਕਿਸੇ ਨਾਲ ਉਹ ਨਹੀਂ ਇਹ ਬਾਣੇ ਦੇ ਵਿੱਚ ਸਾਨੂੰ ਹੀ ਮਾਰਾ ਦੇ ਦਰਸ਼ਨ ਦੇਖਦੇ ਹੁਣ ਵੀ ਜਿਹਦੇ ਬਾਣਾ ਪਾਇਆ ਵਾ ਉਹਨੂੰ ਵੀ ਹਾਂ ਇਹਦੇ ਵਿੱਚ ਮਹਾਰਾਜ ਕੀ ਪਤਾ ਕੀ ਪ੍ਰੀਖਿਆ ਲੈ ਰਿਹਾ ਕੀ ਕੀ ਬਣਾ ਮਹਾਰਾਜੇ ਖੜਿਆ ਮਹਾਰਾਜ ਦੇ ਦਰਸ਼ਨ ਬਾਣੇ ਦੇ ਦਰਸ਼ਨ ਕਰਕੇ ਸਾਨੂੰ ਮਨ ਅੰਦਰ ਦਾ ਮਨ ਖੁਸ਼ ਹੋ ਜਾਂਦਾ ਅੱਛਾ ਦੇ ਇੱਕ ਗੱਲ ਦੱਸੋ ਵੀ ਜਦੋਂ ਤੁਸੀਂ ਸਥਾਨਾਂ ਤੇ ਨਵੇਂ-ਨਵੇਂ ਸਥਾਨਾਂ ਤੇ ਜਾਂਦੇ ਹੋ ਉੱਥੇ ਤੁਹਾਡੀ ਕੋਈ ਜਾਣ ਪਛਾਣ ਵੀ ਨਹੀਂ ਹੁੰਦੀ ਵੀ ਸੰਗਤ ਉੱਥੇ ਤੁਹਾਡਾ ਆਉ ਭਾਗਤ ਜਿਉਂ ਆਇਆਂ ਨੂੰ ਤੁਹਾਡਾ ਸਤਿਕਾਰ ਫਿਰ ਕਰਦੀ ਹੈ ਸੰਗਤ ਕਈ ਜਗ੍ਹਾ ਤਾਂ ਕਰਦੀ ਹੈ ਜੀ ਕਈ ਜਗ੍ਹਾ ਸਾਨੂੰ ਕੋਈ ਪੁੱਛਦਾ ਵੀ ਨਹੀਂ ਹੈ ਗੁਰੂ ਘਰ ਦੇ ਵਿੱਚ ਅੱਛਾ ਕਈ ਜਗ੍ਹਾ ਕਈ ਜਗ੍ਹਾ ਪੁੱਛਦੇ ਵੀ ਨਹੀਂ ਹੈ ਕਿ ਗੁਰੂ ਘਰਾਂ ਚ ਕਈ ਜਗ੍ਹਾ ਪੁੱਛਦੇ ਵੀ ਨਹੀਂ ਹੈ ਜੀ ਕਈ ਜਗ੍ਹਾ ਸਤਿਕਾਰ ਹੁੰਦਾ ਕਈ ਜਗ੍ਹਾ ਜੇ ਅਸੀਂ ਚਲੇ ਜਾਈਏ ਚੜ੍ਹੇ ਆਪਣੇ ਇਹ ਸੋਮਣੀ ਕਮੇਟੀ ਹੈ ਜੀ ਮਾੜਾ ਕਈ ਵਾਰ ਜઈએ ਜਾ ਕੇ ਇਹਨਾਂ ਨੂੰ ਪੁੱਛਦੇ ਆ ਵੀ ਜੇ ਸਾਨੂੰ ਕਮਰਾ ਮਿਲੂਗਾ ਮਹਾਰਾਜ ਸਾਰਾ ਦਿਨ ਜਿਵੇਂ ਨਾਮ ਜਪਦੇ ਜਾਂਦੇ ਆ ਮੋਟਰਸਾਈਕਲ ਦੇ ਵਾਹਿਗੁਰੂ ਵਾਹਿਗੁਰੂ ਜਾਂ ਜਦ ਉਹਨਾਂ ਕੋਲ ਜਾ ਕੇ ਪੁੱਛਦੇ ਆ ਕਮਰਾ ਮਿਲੂਗਾ ਅੱਗੇ ਤੇ ਅੱਗੇ ਉਹ ਕਹਿ ਦਿੰਦੇ ਆ ਵੀ 200 ਰੁਪਿਆ ਲੱਗੂਗਾ ਫਿਰ ਅਸੀਂ ਉਹਨਾਂ ਨੂੰ ਕਹਿ ਦਿੰਦੇ ਆ ਜੀ ਵੀ ਹਾਂ ਨਿਹੰਗ ਸਿੰਘਾਂ ਤੋਂ ਵੀ ਪੈਸੇ ਲੱਗਦੇ ਆ ਉਹ ਕਹਿਣ ਲੱਗਦੇ ਆ ਸਾਰਿਆਂ ਤੋਂ ਲੱਗਦੇ ਆ ਜੀ ਤਾਂ ਉਹ ਫਿਰ ਸਾਨੂੰ ਕਮਰਾ ਕਦੇ ਕਈ ਜਗ੍ਹਾ ਦੇ ਦਿੰਦੇ ਆ ਜੀ ਕਈ ਜਗ੍ਹਾ ਦਿੰਦੇ ਨਹੀਂ ਹੈ ਫਿਰ ਅਸੀਂ ਇਹੀ ਗੱਲ ਬਾਤ ਨਾਲ ਇੱਕ ਜਥੇਦਾਰ ਨੂੰ ਅਸੀਂ ਨਾ ਸਿੰਘ ਬਾਬਾ ਜੀ ਨੂੰ ਪੁੱਛੀ ਸੀ ਬਾਬਾ ਜੀ ਨੂੰ ਪੁੱਛੀ ਸੀ ਮੈਂ ਬਾਬਾ ਜੀ ਜਿਵੇਂ ਅਸੀਂ ਚੱਲਦੇ ਆਂ ਵੀ ਹਾਂ ਵੀ ਆਪਾਂ ਤਾਂ ਕਹਿੰਦੇ ਸਿੱਖ ਨੂੰ ਸਿੱਖ ਨਾਲ ਮਿਲੇ ਵੀ ਹਾਂ ਬੜਾ ਉਹਦਾ ਮਨ ਅੰਦਰ ਦੇ ਖੁਸ਼ ਹੋਣਾ ਚਾਹੀਦਾ ਵੀ ਐਵੇਂ ਗੁਰੂ ਘਰ ਦੇ ਵਿੱਚ ਜਿਹੜੇ ਸਿੱਖ ਰਹਿੰਦੇ ਆ ਆਪਣਾ ਐਵੇਂ ਵਰਤਾਓ ਕਿਉਂ ਕਰਦੇ ਆ ਕਹਿੰਦੇ ਅੱਗੇ ਤੇ ਉਹਨਾਂ ਨੇ ਦੱਸਿਆ ਕਹਿੰਦੇ ਬਾਬਾ ਜੀ ਜਿਹੜਾ ਤੁਹਾਡੇ ਨਾਲ ਪਿਆਰ ਕਰੂਗਾ ਨਾ ਜਿਵੇਂ ਤੁਸੀਂ ਸਵਾ ਲੱਖ ਚੱਲਦੇ ਹੋ ਕਹਿੰਦੇ ਉਹਦੇ ਤੇ ਇਹ ਸੋਚੀਓ ਮਹਾਰਾਜ ਦੀ ਬੜੀ ਕਿਰਪਾ ਕਹਿੰਦੇ ਜਿਹੜਾ ਤੁਹਾਡੇ ਨਾਲ ਪਿਆਰ ਨਹੀਂ ਕੋਈ ਵਰਤਾਵਾ ਠੀਕ ਨਹੀਂ ਕਰਦਾ ਉਹਦੇ ਤੇ ਕੋਈ ਕਿਰਪਾ ਨਹੀਂ ਮਹਾਰਾਜ ਦੇਖੋ ਆਪਾਂ ਨੂੰ ਦੇਖ ਕੇ ਪਤਾ ਲੱਗ ਜਾ ਜਿਵੇਂ ਤੁਸੀਂ ਕਹਿੰਦੇ ਮਿਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੱਥੇ ਅਸਥਾਨ ਗੁਰਦੁਆਰੇ ਹੁੰਦੇ ਨੇ ਉਥੇ ਤੁਹਾਡੀ ਜਿਹੜੀ ਆਉ ਭਾਗਤਾ ਹੈ ਕਿਉਂਕਿ ਉਥੇ ਮਲਾਜ ਬਲੋਕ ਹੁੰਦੇ ਨੇ ਸਾਰੇ ਉਥੇ ਤੁਹਾਨੂੰ ਕਮਰਾ ਲੈਣ ਦੀ ਦਿੱਕਤ ਪੇਸ਼ ਆਉਂਦੀ ਹੈ ਜਾਂ ਪੈਸੇ ਮੰਗਦੇ ਨੇ ਹਣਾ ਪਰ ਕਈ ਵਾਰੀ ਉਹਨਾਂ ਨੂੰ ਦੇਖ ਕੇ ਵੀ ਇੱਕ ਆਮ ਪਤਾ ਲੱਗ ਜਾਂਦਾ ਵੀ ਸਿੰਘ ਹੈ ਜਿਹੜਾ ਵੀ ਕੋਈ ਜਾ ਜਿਹੜਾ ਸਿੰਘ ਹੈ ਚੱਕਰਵਰਤੀ ਸਿੰਘ ਹੈ ਵੀ ਇਸ ਤਰ੍ਹਾਂ ਦਰਸ਼ਨਾ ਵਾਸਤੇ ਚੱਲੇ ਆ ਤੁਹਾਡੇ ਪਹਿਰਾਵੇ ਤੋਂ ਤੁਹਾਡਾ ਨਾਲ ਵਾਈਕ ਹੈਗੀ ਸਾਰੇ ਇੱਥੋਂ ਤੁਹਾਨੂੰ ਸਤਿਕਾਰ ਮਿਲਣਾ ਚਾਹੀਦਾ ਪਰ ਅਫਸੋਸ ਹੈ ਵੀ ਉੱਥੋਂ ਮਿਲਦਾ ਨਹੀਂ ਹਾ ਮਿਲ ਵੀ ਜਾਂਦਾ ਹੀ ਮਿਲਦਾ ਵੀ ਨਹੀਂ ਜੀ ਹੁਣ ਕਈ ਜਗ੍ਹਾ ਨਾ ਜੀ ਅਸੀਂ ਗੁਰੂ ਘਰ ਦੇ ਵਿੱਚ ਮੰਨ ਲਓ ਹੁਣ 100 ਤੇ ਲਾ ਕੇ ਚਲੋ 100 ਤੇ ਵੀ 100 ਗੁਰਦੁਆਰੇ ਦੇ ਦਰਸ਼ਨ ਕਰੇ ਆ ਜੀ ਸੋਆ ਦੇ ਵਿੱਚ ਨਾ ਜੀ ਕਈ 50 ਗੁਰਦੁਆਰੇ ਸਾਡੀ ਬੜੀ ਇੱਜ਼ਤ ਕਰਨਗੇ ਜਿਹੜੇ ਉੱਥੇ ਦੇ ਪ੍ਰਬੰਧਕ ਹੋਣਗੇ ਜਿਹੜੇ ਸੇਵਾਦਾਰ ਮਹਾਰਾਜ ਦੇ ਕੋਲ ਹੋਣਗੇ ਕ ਜਿਹੜੇ 50 ਹੋਣਗੇ ਉਹ ਕਹਿਣਗੇ ਨਹੀਂ ਨਹੀਂ ਬਾਬਾ ਇੱਥੇ ਨਹੀਂ ਰਹਿਣਾ ਹੈ ਕਰੋਨਾ ਕਰੋਨਾ ਵੀ ਹਾਂ ਸਰਕਾਰ ਦੇ ਆਰਡਰ ਹੈ ਸਰਕਾਰ ਨੇ ਉਹ ਕਰਿਆ ਵਾ ਫਿਰ ਅਸੀਂ ਉਹਨਾਂ ਨੂੰ ਕੋਈ ਗੱਲ ਨਹੀਂ ਕਹਿੰਦੇ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਸਰਕਾਰ ਦੇ ਅਧੀਨ ਹੋ ਕਿ ਨਾ ਗੁਰੂ ਸਾਹਿਬ ਦੇ ਅਧੀਨ ਵੀ ਗੁਰੂ ਸਾਹਿਬ ਦੇ ਦਿਨ ਜਿਹੜੇ ਬਾਬਾ ਸਾਡੇ ਨਾ ਬਾਬਾ ਕਰਤਾਰ ਸਿੰਘ ਜੀ ਨਹੀਂ ਹੁੰਦੇ ਤੇ ਬਾਬਾ ਕਰਤਾਰ ਸਿੰਘ ਜੀ ਨੇ ਜਦ ਨਾ ਬਾਬਾ ਕਰਤਾਰ ਸਿੰਘ ਜੀ 사ਤ ਸੰਗ ਕਰ ਰੇ ਸੀ ਕਥਾ ਕਰ ਰੇ ਸੀ ਤਾਂ ਨਾ ਮੰਤਰੀ ਸਰਕਾਰ ਦਾ ਕੋਈ ਮੰਤਰੀ ਆਇਆ ਸੀ ਤਾਂ ਉਹ ਸੰਗਤ ਉੱਠ ਗਈ ਸੀ ਬਾਬਾ ਜੀ ਕਹਿਣ ਲੱਗੇ ਸੰਗਤ ਜੀ ਜਦ ਤੱਕ ਗੁਰੂ ਸਾਹਿਬ ਹੈ ਆਪਣਾ ਨਾ ਭੀ ਹ ਕੋਈ ਮੰਤਰੀ ਹੋਵੇ ਚਾਹੇ ਕੋਈ ਜਿੱਡਾ ਮਰਜੀ ਮੰਤਰੀ ਆਪਨੇ ਉਹਦੇ ਤੇ ਹੋਵੇ ਆਹ ਦੱਸਦੇ ਨੇ ਦਿੱਲੀ ਦੇ ਵਿੱਚ ਸੰਤ ਕਥਾ ਕਰ ਰਹੇ ਸੀ 인ਦਰਾ ਗਾਂਧੀ ਭਾਰਤ ਦੀ ਪ੍ਰਧਾਨ ਮੰਤਰੀ ਪਹੁੰਚੀ ਸੀ ਉੱਥੇ ਸਾਰੇ ਸੰਗਤ ਇਕੱਠੀ ਹੋ ਗਈ ਵਿਚਾਰੇ ਛੱਡਣ ਲੱਗੇ ਪਰ ਸੰਤ ਕਹਿੰਦੇ ਬੈਠੇ ਰਹੇ ਤਾਂ ਵਿਚਾਰਾ ਐਸਾ ਹਾਂ ਸੰਤ ਜੀ ਕਹਿੰਦੇ ਜਦ ਤੱਕ ਆਪਾਂ ਜਦ ਤੱਕ ਗੁਰੂ ਸਾਹਿਬ ਦੇ ਅਧੀਨ ਬੈਠੇ ਆਪਣਾ ਉੱਠਣ ਦਾ ਫਰਜ਼ ਨਹੀਂ ਹੈ ਤਾਂ ਐਵੇਂ ਅੱਜ ਕੱਲ੍ਹ ਜੀ ਗੁਰੂ ਸਾਹਿਬ ਨੂੰ ਛੱਡ ਕੇ ਅੱਜ ਫੇਰ ਸਰਕਾਰਾਂ ਦੇ ਅਧੀਨ ਚੜੇ ਆਪਣੇ ਗੁਰੂ ਘਰ ਦੇ ਰਹੇ ਨੇ ਉਹ ਸਰਕਾਰਾਂ ਦੀ ਕਰਦੇ ਨੇ ਦੇਖੋ ਇਸ ਤਰ੍ਹਾਂ ਸੰਤ ਬਾਬਾ ਆਤਰ ਸਿੰਘ ਜੀ ਦੇ ਜੀਵਨ ਚ ਵੀ ਆਉਂਦਾ ਹੈ ਜਿਹੜੇ ਤੁਸੀਂ ਸਥਾਨ ਤੇ ਆਏ ਹੋ ਬੱਡੇ-ਬੱਡੇ ਜਾਰਜ ਪੰਚਮ ਵਰਗੇ ਰਾਜੇ ਉਹਨਾਂ ਨੂੰ ਵੀ ਕਹਿੰਦੇ ਸੰਤਾਂ ਨੇ ਸਾਖੀਆਂ ਚ ਆਉਂਦਾ ਵੀ ਕੋਈ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਰਾਜਾ ਸੰਤ ਮਹਾਰਾਜ ਨੇ ਸੰਤਵਾ ਬਾਵਾਤਰ ਸਿੰਘ ਨੇ ਵੀ ਧਾਰਨਾ ਲਾਈ ਸੀ ਵੀ ਕੋਈ ਹਰੀ ਦੇ ਸਮਾਨ ਕੋਈ ਨਹੀਂ ਹੈਗਾ ਇਹ ਰਾਜੇ ਝੂਠੇ ਨੇ ਸਾਰੇ ਹਾਂਜੀ ਹਾਂ ਸਾਰੇ ਇਹ ਮੁਤਾਜ ਸਾਧੂ ਹੁੰਦੇ ਨੇ ਹਾਂਜੀ ਜਿਹੜਾ ਅਸਲੀ ਰਾਜਾ ਜੀ ਜਿਹਦੀ ਅਸੀਂ ਪ੍ਰਕਰਮਾ ਕਰ ਰਹੇ ਆ ਚੱਕਰੀ ਕਰ ਰਹੇ ਆ ਅਸਲੀ ਰਾਜਾ ਤਾਂ ਉਹੀ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਅਮਰਦਾਸ ਜੀ ਮਹਾਰਾਜ ਦੇ ਸ਼ਬਦ ਜਦ ਗੁਰੂ ਅੰਗਦ ਦੇ ਜੀ ਮਹਾਰਾਜ ਨੇ ਗੱਦੀ ਨਹੀਂ ਦਿੱਤੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਨਥਾਮਿਆ ਦੇ ਥਾਂ ਨਿਮਾਣਿਆ ਦੇ ਮਾਣ ਨੋਟਿਆ ਦੇ ਓਟ ਨਿਆਦਰਿਆ ਦਾ ਧੀਰ ਨੀਰ ਬਲਾਂ ਦਾ ਵਾਲਨ ਗੱਤਿਆ ਦੀ ਗੱਤ ਵੱਡੇ ਪੀਰਾਂ ਦਾ ਵੀ ਪੀਰ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਬੇ ਧੀਰਜਾਂ ਦਾ ਧੀਰਜ ਟੁੱਟੀ ਗੰਢਣ ਵਾਲੇ ਤੂੰ ਭਨਨ ਕੜਨ ਸਮਰਥ ਤੇਰੇ ਹੱਥ ਵਿੱਚ ਸਾਰੇ ਜੱਗ ਦੇ ਨੱਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹੱਥ ਵਿੱਚ ਤਾਂ ਸਾਰੇ ਜੱਗ ਦੇ ਨੱਥ ਹੈ ਇਹਨਾਂ ਮੰਤਰੀਆਂ ਦੇ ਹੱਥ ਵਿੱਚ ਆਪਣੀ ਨੱਥ ਥੋੜੀ ਹੈ ਅੱਛਾ ਹੁਣ ਐ ਦੱਸੋ ਪਰਮਜੀਤ ਸਿੰਘ ਜੀ ਖਾਲਸਾ ਜੀ ਵੀ ਸਾਡੀ ਕੌਮ ਹੁਣ ਜਿਵੇਂ ਅੱਜ ਕੱਲ ਖੁਆਰ ਹੋਈ ਪਿਆ ਡੱਡਾ ਟੁਕੜਾ ਚ ਵੰਡੀ ਪਈ ਹੈ ਵੀ ਤੁਸੀਂ ਚੱਕਰਵਰਤੀਆਂ ਗੁਰੂ ਦੀ ਬਖਸ਼ਾਏ ਸੋਡੇ ਤੇ ਵੀ ਸਾਡੀ ਕੌਮ ਦੇ ਆਗੂਆਂ ਨੂੰ ਜਾਂ ਕੀ ਕਰਨਾ ਚਾਹੀਦਾ ਕੋਮ ਦੇ ਆਗੂਆਂ ਨੂੰ ਤਾਂ ਇਹ ਕਰਨਾ ਚਾਹੀਦਾ ਜੀ ਹੁਣ ਗੱਲ ਸੁਣ ਲੋ ਬਾਬੇ ਬੀਦੀ ਚੰਦੀ ਹੋਗੇ ਬਾਬਾ ਬਤਾਰ ਸਿੰਘ ਜੀ ਬੁੱਢਾ ਦਲ ਦੇ ਹੋਗੇ ਬਲਬੀਰ ਸਿੰਘ ਜੀ ਜਥੇਦਾਰ ਹੋਰ ਜਥੇਬੰਦੀਆਂ ਹੋ ਗਈਆਂ ਜਿਹੜੀਆਂ ਸਾਨੂੰ ਤਾਂ ਪਤਾ ਨਹੀਂ ਜੀ ਅਸੀਂ ਨਿਆਣੇ ਐ ਵੀ ਉਹ ਇਕਾਗਰ ਇਕੱਠੇ ਹੋਗੇ ਆਪਣਾ ਇੱਕ ਮੀਟਿੰਗ ਆਰੰਭ ਕਰੇ ਦਲ ਵੀ ਸਾਰੇ ਵੀ ਹਾਂ ਭਾਈ ਜਿਹੜੇ ਵੱਡੇ ਐ ਜਿਹੜੇ ਵੱਡੇ ਸਿਆਣੇ ਅਸੀਂ ਤਾਂ ਨਿਆਣੇ ਐ ਜੀ ਅਸੀਂ ਤਾਂ ਸਾਨੂੰ ਤਾਂ ਜੇ ਦਲ ਬੰਧਕ ਹੋਊਗਾ ਵੀ ਹਾਂ ਜਾ ਕੇ ਫਲਾਣੀ ਜਗ੍ਹਾ ਭਾਈ ਤੁਸ਼ੀਦੀ ਪਾਣੀ ਆ SIDDI ਪਾ ਦੇਖਦੇ ਆ ਉਥੇ ਅਸੀਂ ਚਲੇ ਜਾਵਾਂਗੇ ਜੀ ਹੁਕਮ ਮੰਨ ਕੇ ਜਿਵੇਂ ਮਹਾਰਾਜ ਦੇ ਹੁਕਮਾਂ ਦੇ ਵਿੱਚ ਵੀ ਉਹਨਾਂ ਨੂੰ ਉਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਜੀ ਸਾਰੇ ਜਥੇਬੰਦੀਆਂ ਇਕੱਠੀਆਂ ਹੋਣ ਗੁਰੂ ਦੇ ਚਰਨਾਂ 'ਚ ਚੰਗੇ ਸਿਆਣੇ-ਸਿਆਣੇ ਜਿਹੜਾ ਕੋਈ ਗੱਲ ਇੱਧਰ ਤੋੜ ਵਾਲੀ ਕਰਦਾ ਚਾਹੇ ਉਹ ਵੱਡਾ ਜਿੰਨਾ ਮਰਜ਼ੀ ਹੋਵੇ ਉਹਨੂੰ ਆਪਣਾ ਉੱਥੇ ਤੋਂ ਸੰਗਤ ਤੋਂ ਠਾ ਲਿਆ ਜਾਏ ਵੀ ਭਾਈ ਤੂੰ ਗੱਲ ਤਨਵੇਂ ਮਨ ਵਿੱਚ ਤੁਹਾਡੇ ਵੀ ਕਦੇ ਆਉਂਦੇ ਵੀ ਸਾਡੀ ਕੌਮ ਵਿਖਰੀ ਪਈ ਐ ਵੀ ਬੜਾ ਦੁੱਖ ਆਉਂਦਾ ਵੀ ਇਕੱਠੀ ਹੋਵੇ ਬੜਾ ਆਂਦਾ ਜੀ ਅਸੀਂ ਕਈ ਵਾਰ ਰੋਂਦੇ ਆਂ ਜੀ ਕਈ ਸੱਚ ਦੱਸਦੇ ਆਂ ਕਈ ਵਾਰ ਚੱਲਦੇ ਚੱਲਦੇ ਰੋਂਦੇ ਆਂ ਅਸੀਂ ਕਈ ਵਾਰ ਮਹਾਰਾਜ ਨੂੰ ਕਹਿੰਦੇ ਆਂ ਮਹਾਰਾਜ ਐਸਾ ਕੋਈ ਸਿੱਖ ਭੇਜ ਜਿਹਦੇ ਵਿੱਚ ਵੀ ਜਿਹੜਾ ਤੇਰੀ ਸਾਰੀ ਕੌਮ ਨੂੰ ਇਕੱਠੀ ਕਰਦੇਵੇ ਹਾਂ ਜਿਵੇਂ ਹੁਣ ਪ੍ਰਚਾਰਕ ਪ੍ਰਚਾਰਕਾਂ ਦੀ ਨਿੰਦਿਆ ਕਰੀ ਜਾਂਦੇ ਨੇ ਇੱਕ ਦੂਜੇ ਦੇ ਖਿਲਾਫ ਹੋਈ ਜਾਂਦੇ ਨੇ ਵੀ ਸਾਰੇ ਇਕੱਠੇ ਹੋਣ ਸਿੱਖੀ ਦਾ ਪ੍ਰਚਾਰ ਕਰਨ ਹਾਂਜੀ ਹਾਂ ਸਾਰੇ ਕਰਨ ਪ੍ਰਚਾਰ ਮਹਾਰਾਜ ਦੇ ਹੁਕਮਾਂ ਦੇ ਵਿੱਚ ਚੱਲੇ ਵੀ ਹਾਂ ਕਿ ਸਿੱਖ ਨੂੰ ਸਿੱਖ ਨਾਲ ਮਿਲ ਕੇ ਖੁਸ਼ ਫਤੇ ਗਜਾਵੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਹਾਂ ਅੱਜ ਨਿਕੋਲ ਸ਼ਾਨ ਸਾਹਿਬ ਸਾਰੇ ਇਕੱਠੇ ਹੋਣ ਅੱਛਾ ਤੁਸੀਂ ਮਸਤਵਾਨਾ ਸਾਹਿਬ ਵੀ ਪਹੁੰਚੇ ਹੋ ਮੇਰੇ ਕੱਲ ਦੇ ਆਏ ਹੋ ਤੁਸੀਂ ਇੱਥੇ ਤੁਹਾਨੂੰ ਕੋਈ ਪ੍ਰੋਬਲਮ ਤੇ ਨਹੀਂ ਆਈ ਨਾ ਕੋਈ ਪ੍ਰੋਬਲਮ ਨਹੀਂ ਆਂਦੀ ਜੀ ਸਾਨੂੰ ਨਾ ਜਿੱਥੇ ਨਾ ਅਸੀਂ ਨਾ ਜਿੱਥੇ ਸਾਨੂੰ ਰੱਖ ਲਿਆ ਜਾਂਦਾ ਨਾ ਗੁਰਦੁਆਰੇ ਦੇ ਵਿੱਚ ਜਿੱਥੇ ਸਾਨੂੰ ਕਹਿ ਦਿੰਦੇ ਆ ਬਾਬਾ ਜੀ ਕੋਈ ਕੋਈ ਪੁੱਛਦਾ ਨਹੀਂ ਅਸੀਂ ਉੱਥੇ ਮਹਾਰਾਜ ਨੂੰ ਕਹਿ ਦਿੰਦੇ ਆ ਮਹਾਰਾਜ ਜਿੱਥੇ ਤੇਰੀ ਕਿਰਪਾ ਇਹਨਾਂ ਨੂੰ ਸਾਰਿਆਂ ਨੂੰ 100 100 ਨੰਬਰ ਦੇ ਦੇ ਵੀ ਨੰਬਰ ਪੂਰੇ ਵੱਡਾ ਪੂਰੇ ਦੇ ਦੇ ਇਹਨਾਂ ਨੂੰ ਠੀਕ 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 ਨੂੰ ਕਹਿ ਦਿੰਦੇ ਆ ਮਹਾਰਾਜ ਨੂੰ ਜਿਹਦਾ ਸਾਨੂੰ ਜਿਹਦਾ ਸਾਨੂੰ ਕੋਈ ਰੱਖ ਮਹਾਰਾਜ ਨੂੰ ਕਹਿ ਦਿੰਦੇ ਆ ਮਹਾਰਾਜ ਜਿਹੜੇ ਸਿੱਖ ਹੈ ਤੇਰੇ ਨਕਲੀ ਸਿੱਖ ਹੈ ਉੱਪਰ ਤੇ ਸਿੱਖ ਹੈ ਅੰਦਰ ਸਿੱਖੀ ਉਹ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਸਾਖੀ ਵੀ ਆਉਂਦੀ ਹੈ ਇੱਕ ਉਹਨਾਂ ਦੇ ਜੀਵਨ ਚ ਕਹਿੰਦੇ ਇੱਕ ਕਿਸੇ ਪਿੰਡ ਨਾਲ ਦੀ ਸੇਵਾ ਕਰੀ ਉਹਨਾਂ ਨੂੰ ਕਿਹਾ ਵਸਦੇ ਰਹੋ ਅਸੀਂ ਅਸੀਂ ਜ਼ਿਆਦਾ ਨਹੀਂ ਕਰਦੇ ਜੀ ਸਿੱਖਾਂ ਨਾਲ ਵੀ ਜ਼ਿਆਦਾ ਤਾਂ ਨਹੀਂ ਕਰਦੇ ਹਾਂ ਵੀ ਕਾਨੂੰ ਆਪਣਾ ਆਪਣੇ ਆਨੰਦ ਦੇ ਵਿੱਚ ਅਸੀਂ ਜਦੋਂ ਕੋਈ ਨਾ ਕਰ ਦਿੰਦਾ ਸਾਨੂੰ ਨਹੀਂ ਰਹਿਣਾ ਨਹੀਂ ਹੈ ਅਸੀਂ ਬੱਸ ਆਪਣੇ ਮਨ ਦੇ ਵਿੱਚ ਸੋਚ ਲੈਂਦੇ ਆ ਇਹਦੇ ਅੰਦਰ ਨਹੀਂ ਸਿੱਖੀ ਹੈ ਬਾਹਰ ਸਿੱਖੀ ਹੈ ਅੱਛਾ ਇੱਕ ਦੱਸੋ ਪਰਮਜੀਤ ਸਿੰਘ ਜੀ ਖਾਲਸਾ ਜੀ ਜਿਵੇਂ ਤੁਹਾਡੇ ਬਾਈਕ ਹੈ ਇਹ ਰਸਤੇ 'ਚ ਖਰਾਬ ਵੀ ਹੋ ਸਕਦੀ ਐ ਸੋਨੂੰ ਤੇਲ ਵੀ ਪਵਾਉਣਾ ਪੈਂਦਾ ਕਿਉਂਕਿ ਖਰਚੇ ਮਾਇਆ ਦੀ ਵੀ ਲੋੜ ਰਹਿੰਦੀ ਐ ਇਹਦੇ ਵਿੱਚ ਹੁਣ ਤੁਹਾਡੇ ਲਈ ਵਾਹਿਕਾ ਲੈ ਇਹਦੇ ਵਿੱਚ ਤੇਲ ਪੈਂਦਾ ਜਿਵੇਂ ਜਾਂ ਇਹਦੀ ਪਾਸਿੰਗ ਕਰਾਉਣੀ ਜਾਂ ਧੂਏ ਵਾਲਾ ਸਰਟੀਫਿਕੇਟ ਵੀ ਬਣਾਉਣਾ ਇਹਦਾ ਇਹਦੀ ਇੰਸ਼ੋਰੈਂਸ ਉਹ ਮਾਇਆ ਦਾ ਫਿਰ ਕਿਸ ਤਰ੍ਹਾਂ ਚੱਲਦਾ ਤੁੰ ਮਾਇਦਾ ਜੀ ਮਹਾਰਾਜਾ ਚਲਾਉਂਦਾ ਅਸੀਂ ਨਾ ਸਾਡੇ ਕੋਲ ਨਾ 1500 ਰੁਪਏ ਰਹਿ ਗਏ ਸੀ ਪਹਿਲ 1500 ਰੁਪਏ ਰਹਿ ਗਏ ਸੀ ਅਸੀਂ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ 1500 ਰੁਪਏ ਰਹਿ ਗਏ ਡੇਢ 2 ਲੱਖ ਦਾ ਮੋਟਰਸਾਈਕਲ ਦਿੱਤਾ ਦੂੰ ਵੀ ਮੇਰੇ ਬਾਤ ਹੈ ਮੇਰੇ ਤਾਂ ਇੰਨੀ ਕੋਈ ਐਨ ਵੀ ਫੈਕਟਰੀਆਂ ਨਹੀਂ ਮੇਰੀਆਂ ਤਾਂ ਚੱਲ ਰਹੀਆਂ ਵੀ ਤੂੰ ਦੱਸ 1500 ਰਹਿ ਗਿਆ ਨਾ ਮੈਂ ਕਿਸੇ ਤੋਂ ਮੰਗ ਸਕਦਾ ਤਾਂ ਇੱਕ ਨਾ ਜੀ ਅਸੀਂ ਚੱਲਦੇ ਚੱਲਦੇ ਰੋਡ ਦੇ ਵਿੱਚ ਗੱਡੀ ਨੰਬਰ ਸੀ 1506 ਅੱਛਾ ਜੀ ਚੰਡੀਗੜ੍ਹਨ ਨੰਬਰ ਦਾ 1506 ਨੰਬਰ ਸੀ ਉਹਨਾਂ ਸਾਡੇ ਤੋਂ ਅਸੀਂ ਇੰਨੀ ਗੱਲ ਕਹਿ ਰਹੇ ਸੀ ਮਹਾਰਾਜ ਨੂੰ ਵੀ 1500 ਰੁਪਿਆ ਰਹਿ ਗਿਆ ਵੀ ਹਾਂ ਮਹਾਰਾਜ ਜਾਣਾ ਇੱਧਰ ਨੂੰ ਪਟਨਾ ਸਾਹਿਬ ਨੂੰ ਤੇ ਮੁਕਸਰ ਸਾਹਿਬ ਵੀ ਜਾਣਾ ਮੁਕਸਰ ਸਾਹਿਬ ਦੀ ਗੱਲ ਹੈ ਜਦ ਮੁਕਸਰ ਸਾਹਿਬ ਨਹੀਂ ਆਏ ਸੀ ਆਪਣਾ ਮਾਗੀ ਤੇ ਤਾਂ ਅਸੀਂ ਉਧਰ ਨੂੰ ਜਾਂਦੇ ਜਾਂਦੇ ਫਿਰ ਉਹਨੇ ਨਾ ਆਪਣਾ ਗੱਡੀ ਸਾਹਮਣੇ ਥੋੜੀ ਦੂਰ ਰੱਖੀ ਦੂਰ ਰੱਖ ਕੇ ਤਾਂ ਨੇੜੇ ਗੱਡੀ ਦੇ ਵਿੱਚ ਬੈਠੇ ਸੀ ਜਿਹੜਾ ਕਨੈਕਟਰ ਨਹੀਂ ਹੁੰਦਾ ਨੇੜੇ ਕਨੈਕਟਰ ਸੀਟ ਦੇ ਉਹ ਸਾਡੇ ਕੋਲ ਆਇਆ ਸਾਨੂੰ ਨਾ ਐਵੇਂ ਪੈਸੇ ਫੜਾ ਕੇ ਚਲੇ ਗਿਆ ਪੈਸੇ ਫਟਾਕੇ ਚਲੇ ਗਿਆ ਅਸੀਂ ਜਦ ਪੈਸੇ ਖੋਲ ਕੇ ਦੇਖਿਆ ਉਹਦੇ ਵਿੱਚ 2-200 ਦੀ ਤੱਗੀ ਏਡੀ ਸਾਰੀ ਉਹਦੇ ਵਿੱਚ 20000 ਰੁਪਿਆ ਜੀ 20000 ਰੁਪਿਆ ਸੀ ਨਾ ਫਿਰ ਉੱਥੇ ਤੇ ਮਹਾਰਾਜ ਨੂੰ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਉਹਨਾਂ ਨੂੰ ਦਿੱਤ ਨੂੰ ਕਿਹਾ ਵੀ ਤਾਂ 20000 ਰੁਪਿਆ ਭੇਜਦਾ ਸੀ ਬੜਾ ਉਹ ਹੋਏ ਫਿਰ ਉਹ 20000 ਰੁਪਿਆ ਸੀ ਫੌਜਾਂ ਦੇ ਵਿੱਚ ਨੰਗ ਸਿੰਘਾਂ ਨੂੰ ਥੋੜੇ ਥੋੜੇ ਦਿੱਤੇ 50-50 100-100 ਦੇ ਦਿਆ ਸੀ ਨਾਲੇ ਆਉਣੇ ਖਰਚ ਉਹ ਸਾਰੇ ਦਲਾਂ ਦੇ ਵਿੱਚ ਹੀ ਵੰਡਦਾ ਆਮਣੇ ਨਾ ਸਾਰੇ ਨਹੀਂ ਵੰਡੇ ਥੋੜੇ ਥੋੜੇ ਜਿੰਨੇ ਕੀ ਜਿਵੇਂ ਫੌਜ ਆ ਜਾਂਦੀ ਸੀ ਜਿੰਨੇ ਫੌਜ ਆ 500 ਰੁਪਇਆ ਤੂੰ ਸੋਚਿਆ ਵੀ ਜਾ ਰਹੇ ਮਾਇਆ ਵੀ ਔਖਾ ਕਰੂਗੀ ਚੱਲ ਵੰਡ ਕੇ ਮੜਾ ਮੜਾ ਥੋੜੇ ਜੀ ਵੰਡ ਲੈਦੇ ਥੋੜੇ ਫਿਰ ਅਸੀਂ ਦਰਸ਼ਨ ਕਰੇ ਇੱਧਰ ਗਏ ਸੀ ਸਿੱਕਮ ਚ ਅੱਛਾ ਅੱਛਾ ਸਿੱਕਮ ਚ ਚੁੰਗਾ ਥੰਮ ਗੁਰਦੁਆਰਾ ਪੈਂਦਾ ਡਾਂਗ ਮਾਰ ਗੁਰਦੁਆਰਾ ਧੋਪੜੀ ਸਾਹ ਪਟਨਾ ਸਾਹ ਤੋਂ ਫਿਰ ਉਧਰ ਦਰਸ਼ਨ ਕਰਕੇ ਆਏ ਸੀ ਮੋਟਰਸਾਈਕਲ ਤੇ ਵਾਹ ਜੀ ਸੋ ਸਰੋਤਿਓ ਅ ਬੜੀ ਖੁਸ਼ੀ ਹੈ ਅੱਜ ਗੁਰਦੁਆਰਾ ਗੁਰਸਾ ਕਰਮਾ ਸੋਣਾ ਸਾਹਿਬ ਵਿਖੇ ਭਾਈ ਪਰਮਜੀਤ ਸਿੰਘ ਜੀ ਖਾਲਸਾ ਜਿਹੜੇ ਪਿਛਲੇ 5 ਸਾਲ ਤੋਂ ਯਾਤਰਾ ਤੇ ਚੱਲੇ ਹੋਏ ਨੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਦੇਖੋ ਇਹ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਦੇ ਸਥਾਨਾਂ ਦੀ ਯਾਤਰਾ ਕਰਦੇ ਨੇ ਉੱਥੇ ਉੱਥੇ ਨਾਲ ਇਹਨਾਂ ਨੂੰ ਪੰਥ ਦਾ ਦਰਦ ਵੀ ਹੈ ਵੀ ਅੱਜ ਪੰਥ ਹੈ ਜਿਹੜਾ ਖਾਲਸਾ ਪੰਥ ਵਿਖਰਿਆ ਹੋਇਆ ਅੱਡ ਅੱਡ ਜਥੇਬੰਦੀਆਂ ਦੇ ਵਿੱਚ ਔਰ ਖਾਲਸਾ ਪੰਥ ਇੱਕ ਹੋਵੇ ਕੇਸਰੀ ਨਿਸ਼ਾਨ ਹੇਠ ਸਾਰੀ ਕੌਮ ਹੈ ਜਿਹੜੀ ਇਕੱਤਰ ਹੋਵੇ ਇੱਕ ਪੰਥ ਇੱਕ ਸੋਚ ਹੋਵੇ ਉਹ ਉਸ ਦੇ ਧਾਰਨੀ ਨੇ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਅੱਛਾ ਜਾਂਦੀਵਾਰੀ ਤੁਸੀਂ ਸੰਗਤ ਨੂੰ ਕਿਸ ਦੇ ਇਸ ਦੇਣਾ ਚਾਹੁੰਦੇ ਹੋ ਸੰਗਤ ਸ਼ਬਦ ਸੁਣਾ ਸਕਦੇ ਹੋ ਹਾਂਜੀ ਹਾਂਜੀ ਚਮਕੌਰ ਸਾਹਿਬ ਦਾ ਸ਼ਬਦ ਸੁਣਾਇ ਦੀ ਹਾਂਜੀ ਸੁਣਾਓ ਜੀ ਇੱਕ ਸ਼ਬਦ ਸੁਣਾਓ ਚਮਕੌਰ ਸਾਹਿਬ ਜੀ ਇਸ ਟਾਈਮ ਮਹਾਰਾਜ ਨਾਲ 10 ਸਿੰਘ ਰਹਿ ਗਏ ਸੀ ਲਾਸਟ ਦੇ ਵਿੱਚ ਜਦ ਸਾਰੇ ਸਿੰਘ ਸ਼ਹੀਦ ਹੋ ਗਏ ਸੀ ਨਾ 10 ਸਿੰਘ ਰਹਿ ਗਏ ਮਹਾਰਾਜ ਕਹਿਣ ਲੱਗੇ ਤਾ ਅੰਬੀ ਸਿੰਘ ਉਹ ਹੁਣ ਮੈਦਾਨੇ ਜੰਗ ਵਿੱਚ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਤਾਂ ਮਹਾਰਾਜ ਕੋਲ ਨਾ ਪੰਥ ਖਾਲਸਾ ਸੱਜ ਕੇ ਗਿਆ ਪੰਥ ਖਾਲਸਾ ਸੱਜ ਕੇ ਗਿਆ ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਇੱਥੇ ਤੋਂ ਚਾਲੇ ਪਾ ਲਓ ਤਾਂ ਮਹਾਰਾਜ ਕਹਿਣ ਲੱਗੇ ਸਿੰਘੋ ਕਾਤੇ ਚਾਲੇ ਪਾ ਲਈਏ ਮਹਾਰਾਜ ਕਹਿਣ ਲੱਗੇ ਵੀ ਸਿੰਘੋ ਚਾਲੇ ਨਹੀਂ ਪਾਣੇ ਜੰਗ ਕਰਨੀ ਹੈ ਕਹਿੰਦੇ ਨਹੀਂ ਮਹਾਰਾਜ ਵੀ ਪੰਥ ਦਾ ਹੁਕਮ ਹੈ ਤੁਸੀਂ ਚਲੇ ਜਾਓ ਇੱਥੇ ਤੋਂ ਸਾਨੂੰ ਵੀ ਸਾਨੂੰ ਗੁਰੂ ਚਾਹੀਦਾ ਤੁਸੀਂ ਉਸੀ ਤੱਕ ਆ ਗਿਆ ਹੋਰ ਸਿੱਖ ਬਣਾ ਲਓਗੇ ਵੀ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਹੈ ਮਹਾਰਾਜ ਨੇ ਆਪਣਾ ਉਥੇ ਆਪਣਾ ਪੰਥ ਦੀ ਗੱਲ ਮੰਨ ਕੇ ਗੜੀ ਚਮਕੌਰ ਦੀ ਛੱਡੀ ਬਾਬਾ ਸੰਗਤ ਸਿੰਘ ਜੀ ਨੂੰ ਕਲਗੀ ਤੋੜਾ ਦਿੱਤਾ ਤੇ ਅੱਗੇ ਮਹਾਰਾਜ ਨੇ ਫਿਰ ਜਦ ਗੜੀ ਚਮਕੌਰ ਦੀ ਛੱਡੀ ਤਾਂ ਤਾੜੀ ਸਭ ਗੁਰਦੁਆਰਾ ਆ ਗਿਆ ਤਾੜੀ ਮਾਰੀ ਮਹਾਰਾਜ ਨੇ ਸਿੱਖਾ ਦਾ ਗੁਰੂ ਜਾ ਰਿਹਾ ਹੈ ਜਿਸ ਵਿੱਚ ਹਿੰਮਤ ਹੈ ਤੇ ਰੋਗ ਲਵੋ ਤਾਂ ਉੱਪਰ ਤੋਂ ਬਿਜਲੀ ਲਸ਼ਕਰੀ ਤੀ ਮਿੱਠਾ ਮਿੱਠਾ ਮੀਂਹ ਪੈ ਰਿਆ ਸੀ ਹੌਲੀ ਹੌਲੀ بارش ਪੈ ਰਹੀ ਸੀ ਤਾਂ ਭਾਈ ਦਿਆ ਸਿੰਘ ਜੀ ਤੇ ਅਜੀਤ ਦੇ ਜਹਾਰ ਸਿੰਘ ਜੀ ਦੇ ਸੀਛ ਦੇਖ ਕੇ ਸਿੰਘ ਸੀਛ ਦੇਖ ਕੇ ਤਾਂ ਮਹਾਰਾਜ ਜੀ ਨਾ ਜੋੜੇ ਆਪਣੇ ਲਾਲੇ ਜਿਹੜੇ ਜੋੜੇ ਪਾਏ ਹੋਏ ਸੀ ਨੰਗੇ ਪੈਰੀ ਹੋ ਗਏ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਾਂ ਜੋੜੇ ਆਪਣੇ ਜਿਸ ਟਾਈਮ ਅੱਗੇ ਕੱਢ ਗਏ ਅੱਗੇ ਲੰਘ ਗਏ ਸਿੰਘਾਂ ਦੀ ਆਪਣਾ ਵੀ ਮੇਰੇ ਪੈਰ ਜਿਹੜੇ ਜੋੜੇ ਸਿੰਘਾ ਦੇ ਕੇਸਾਂ ਦੇ ਉੱਤੇ ਨਾ ਆਣ ਤਾਂ ਜਿਹੜਾ ਭਾਈ ਦਿਆ ਸਿੰਘ ਜੀ ਤਾਂ ਕਹਿਣ ਲੱਗਿਆ ਮਹਾਰਾਜ ਨੂੰ ਉੱਪਰ ਬਿਜਲੀ ਲਾਸ਼ ਕਰੀਦੀ ਕਹਿੰਦਾ ਮਹਾਰਾਜ ਨੂੰ ਬੱਦਲਾਂ ਦੇ ਵਿੱਚ ਪਈ ਬਿਜਲੀ ਚਮਕਾਂ ਸੀ ਮਾਰਦੀ ਦਿਆ ਸਿੰਘ ਵੱਲ ਨਿਗਾ ਪਈ ਜਾਂਦਾ ਤਾਰਦੀ ਕੀ ਵੇਖਿਆ ਦਸ਼ਮੇਸ਼ ਪਿਤਾ ਜੀ ਨੇ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰਦੀ ਮੋਦ ਦੇ ਨਸ਼ੇ ਚ ਉਥੇ ਜ਼ਿੰਦਗੀ ਸੀ ਝੂਮਦੀ ਬੋਲੇ ਦਿਆ ਸਿੰਘ লাশ ਤੱਕ ਕੇ ਮਾਸੂਮ ਦੀ ਉਹ ਕਲੰਗੀਆਂ ਵਾਲਿਆ ਸਨੇਰੀ ਬਾਜਾ ਵਾਲਿਆ ਬੜੇ ਹੀ ਪਿਆਰਾਂ ਨਾਲ ਪੁੱਤਾਂ ਨੂੰ ਸੀ ਪਾਲਿਆ ਵੇਖ ਕੇ ਜਝਾਰ ਨੂੰ ਪੈਰ ਅੱਗੇ ਖਸਕਾ ਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾ ਲਾ ਲਿਆ ਮਹਾਰਾਜ ਜੀ ਆਪਣੇ ਪੁੱਤਰਾਂ ਨੂੰ ਚੁੱਕਿਆ ਨਹੀਂ ਕਲੇਜੇ ਲਾਇਆ ਨਹੀਂ ਅਸਤਰ ਵਿਦਿਆ ਸ਼ਾਸਤਰ ਵਿਦਿਆ ਸਿਖਾਈ ਹੁਣ ਆਪਣੇ ਪੁੱਤਰਾਂ ਨੂੰ ਚੁੱਕੋ ਮਹਾਰਾਜ ਜੀ ਜੀ ਕਰੇ ਇੱਥੇ ਕੁਝ ਪਿਆਰ ਜਤ ਲਾ ਦਿਆਂ ਨਿਵਾਈ ਦੀ ਜੋ ਰਸਮੋ ਰਸਮ ਨਿਵਾ ਦਿਆਂ ਮਹਾਰਾਜ ਜੀ ਕਹਿਣ ਲੱਗੇ ਕਿਹੜੀ ਪੱਗ ਲਾ ਕੇ ਸਿਰ ਦੀ ਦੋ ਟੋਟਕੇ ਬਣਾ ਦਿਆਂ ਅੱਧਾ ਅੱਧਾ ਦੋਮਾ ਦੇ ਸਰੀਰ ਉੱਤੇ ਪਾ ਦਿਆਂ ਲੱਖਾਂ ਹੀ ਗਰੀਬ ਮਾਪੇ ਇਸ ਜਾਗੂ ਉੱਤੇ ਆਏ ਨੇ ਕਫਨੋਂ ਬਗੈਰ ਦੱਸੋ ਮਹਾਰਾਜ ਜੀ ਅੱਜ ਤੱਕ ਕੀਦੇ ਪੁੱਤ ਗਏ ਨੇ ਅੱਗੋ ਬੋਲੇ ਸਨ ਦਸ਼ਮੇਸ਼ ਪਿਤਾ ਜੀ ਲਲਕਾਰ ਕੇ ਉਹ ਦਿਆ ਸਿੰਘਾਂ ਲੈਣਾ ਕੀ ਹੈ ਮੇਰੇ ਪੁੱਤਾਂ ਨੂੰ ਪਿਆਰ ਕੇ ਦੇਖ ਲੈ ਮੈਦਾਨ ਵਿੱਚ ਜਰਾ ਛਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਓਖ ਸੋਖ ਵਿੱਚ ਮੇਰੇ ਸਿੰਘ ਭਾਈਵਾਰ ਨੇ ਓਖ ਸੋਖ ਓਖ ਸੋਖ ਵਿੱਚ ਮੇਰੇ ਸਿੰਘ ਭਾਈਵਾਰ ਨੇ ਬਿਨਾ ਤਨਖਾਹਾਂ ਤੋਂ ਜੋ ਰਹੇ ਮੇਰੇ ਨਾਲ ਨੇ ਵੇਖ ਲੈ ਮੈਦਾਨ ਵਿੱਚ ਪੇ ਕਿਹੜੇ ਹਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਜੀਤ ਦੇ ਜਜ਼ਾਰ ਦੀ ਮੈ ਲਾਸ਼ ਨਹੀਂ ਮੈਂ ਚੁੱਕਦਾ ਕੀ ਆਖਿਆ ਉਹ ਦਿਆ ਸਿੰਘਾ ਮੋਹੇ ਵਾਲਿਆ 3 ਕੇ ਕਰੋੜ ਦੇ ਜੀਤ ਦੇ ਜਜ਼ਾਰ ਦਾ ਖਿਆਲ ਇੱਥੇ ਛੋੜ ਦੇ ਕੌਮ ਦੇ ਸ਼ਹੀਦ ਨਹੀਂ ਉਹ ਕਫਨਾ ਨੂੰ ਲੋੜ ਦੇ ਦੇ ਆ ਸਿੰਘਾ ਜੜੇ ਕੌਮ ਦੇ ਸ਼ਹੀਦ ਹੁੰਦੇ ਆ ਨਾ ਉਹਨਾਂ ਨੂੰ ਕਫਨਾ ਨਹੀਂ ਲੋੜਦੀ ਹੁੰਦੀ ਕੌਮ ਦੇ ਸ਼ਹੀਦ ਨਹੀਂ ਉਹ ਕਫਨਾ ਨੂੰ ਲੋੜ ਦੇ ਤੂੰ ਇਹਦਾ ਹੀ ਦਸਾਲਾ ਇਹਦੇ ਮੁਖ ਉੱਤੇ ਮੋੜ ਦੇ ਦੇ ਆ ਸਿੰਘਾਂ ਮੋਦੀਆਂ ਕਿਉਂ ਦੀ ਜਾਂਦਾ ਮੈਨੂੰ ਥੰਮੀਆ ਸਿੱਖੀ ਦੀਆਂ ਬਾਤਾਂ ਹਜੇ ਹੋਰ ਮਹੀਨੇ ਲੰਮੀਆਂ ਗੱਜਕੇ ਜਕਾਰਾ ਗਜਾਵੇ ਬਾਬਾ ਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਫਤੇ ਸਿੰਘ ਜਿਹਾ ਕੇ ਜਥੇ ਸਿੰਘ ਜਿਹਾ ਦੇ ਮਨਾਂ ਨੂੰ ਪਾਵੇ ਸੁਣ ਕੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਸੋਸਰੋ ਤੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਪਰਮਜੀਤ ਸਿੰਘ ਜੀ ਖਾਲਸੇ ਖਾਲਸਾ ਦਾ ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਔਰ ਇਥੋਂ ਦੀ ਪ੍ਰਬੰਧਕ ਕਮੇਟੀ ਅਕਾਲ ਕਾਲਜ ਕਾਉਂਸਲ ਗੁਰਸਾਗਰ ਮਸਤੋਣਾ ਸਾਹਿਬ ਵੱਲੋਂ ਭਾਈ ਪਰਮਜੀਤ ਸਿੰਘ ਜੀ ਖਾਲਸਾ ਦਾਸੀ ਮਸਤੋਣਾ ਸਾਹਿਬ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਔਰ ਇਹਨਾਂ ਦਾ ਮਾਨ ਔਰ ਸਨਮਾਨ ਕਰਦੇ ਆਂ ਇਸੇ ਤਰ੍ਹਾਂ ਗੁਰੂ ਬਖਸ਼ਿਸ਼ ਬਣਾਈ ਰੱਖੇ ਜੇ ਜਿਸ ਤਰ੍ਹਾਂ ਇਹਨਾਂ ਨੂੰ ਗੁਰੂ ਨੇ ਇਹਨਾਂ ਪ੍ਰੇਮ ਬਖਸ਼ਿਆ ਹੈ ਔਰ ਆਪਣੇ ਨਾਲ ਜੋੜ ਕੇ ਰੱਖਿਆ ਹੈ ਸਾਨੂੰ ਵੀ ਐਸਾ ਸਿੱਖੀ ਦਾ ਦਾਨ ਸਤਗੁਰੂ ਜੀ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ